ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡਾ ਗੁਰਲਾਲ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਤੁਹਾਡੇ ਰੂਬਰੂ ਮੈਂ ਤੁਹਾਡੇ ਰੂਬਰੂ ਉਹਨਾਂ ਜੀ ਟਿਊਜ਼ਡੇ ਵੈਂਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ ਦਰਸ਼ਕੋ ਬਹੁਤ ਕੁਝ ਨਵਾਂ ਵਾਪਰ ਗਿਆ ਜਿੱਦਾਂ ਮੈਂ ਅੱਗੇ ਵੀ ਗੱਲ ਕਰਦਾ ਹਾਂ ਪਿਛਲੇ 24 ਘੰਟਿਆਂ 'ਚ ਸਰਕਾਰ ਵੱਲੋਂ ਬਣਾਈ ਗਈ ਜਿਹੜੀ ਕਿਸਾਨਾਂ ਦੇ ਲਈ ਇੱਕ ਸਪੈਸ਼ਲ ਕਮੇਟੀ ਸੀ ਉਹਨੇ ਆਪਣੀ ਜਿਹੜੀ ਰਿਪੋਰਟ ਹੈ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਹੈ ਤਾਂ ਹੱਲੇ ਬੰਦ ਹੀ ਅਤੇ ਕਿਸਾਨਾਂ ਵੱਲੋਂ ਵੀ ਬੜੇ ਵੱਡੇ ਵੱਡੇ ਫੈਸਲੇ ਲਏ ਗਏ ਨੇ ਕਿ ਆਉਣ ਵਾਲੇ ਭਵਿੱਖ ਦੇ ਦਿਨਾਂ ਦੇ ਵਿੱਚ ਉਹ ਕੀ ਕਰਨਗੇ ਕੀ ਨਹੀਂ ਕਰਨਗੇ ਅਤੇ ਬਾਕੀ ਹੋਰ ਵੀ ਖਬਰਾਂ ਵਿਚਾਰਨਗੇ ਪਰ ਅੱਜ ਆਪਣੇ ਨਾਲ ਮੁਅੱਜ਼ਜ਼ ਮਹਿਮਾਨ ਇੰਡੀਆ ਤੋਂ ਜੁੜ ਗਏ ਨੇ ਉਹਨਾਂ ਨੂੰ ਤਾਰੁਫ ਦੇ ਮੁਹਤਾਜ ਤਾਂ ਹੈ ਨਹੀਂ ਪਰ ਫੇਮ ਦੱਸਦਾ ਕਿ ਆਨਰੇਬਲ ਸੋਸ਼ਲ ਐਕਟੀਵਿਟੀ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ ਚੰਡੀਗੜ੍ਹ ਤੋਂ ਸਾਡੇ ਨਾਲ ਜੁੜ ਗਏ ਨੇ ਜਿਹੜੇ ਕਿ ਕਾਫੀ ਤਜਰਬਾ ਰੱਖਦੇ ਨੇ ਐਗਰੀਕਲਚਰ ਦੇ ਸਬਜੈਕਟ ਦਾ ਵੀ ਅਤੇ ਹੋਰ ਵੀ ਪੋਲੀਟੀਕਲੀ ਗੇਮ ਕਿੱਥੇ ਕਿੱਥੇ ਕੀ ਚੱਲ ਰਿਹਾ ਅਤੇ ਆਪਾਂ ਉਹਨਾਂ ਨਾਲ ਜੁੜਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਆਪਾਂ ਪ੍ਰੋਗਰਾਮ ਚਾਲੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਸਾਡੇ ਪ੍ਰੋਗਰਾਮ 'ਚ ਬਹੁਤ ਬਹੁਤ ਧੰਨਵਾਦ ਜੀ ਗੁਰਲਾਲ ਜੀ ਪ੍ਰੋਫੈਸਰ ਸਾਹਿਬ ਪਹਿਲਾਂ ਹੀ ਧੰਨਵਾਦ ਤੁਹਾਡਾ ਤੁਸੀਂ ਟਾਈਮ ਕੱਢਿਆ ਅਤੇ ਆਪਾਂ ਇੱਕ ਵਾਰ ਨਾ ਥੋੜ੍ਹਾ ਜਿਹਾ ਪਿੱਛੇ ਚੱਲਦੇ ਹਾਂ ਜਦੋਂ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀਗੀ ਅਤੇ ਉਸ ਤੋਂ ਬਾਅਦ ਆਪਣੇ ਕੋਲ ਮੁੱਦੇ ਬਹੁਤ ਨੇ ਆਪਣੇ ਕੋਲ ਕਿਸਾਨ ਅੰਦੋਲਨ ਬਾਰੇ ਵੀ ਹੈ ਨਿਊ ਕਮੇਟੀ ਬਾਰੇ ਵੀ ਹੈ ਆਪਣੇ ਕੋਲ ਮੁੱਦੇ ਹੋਰ ਵੀ ਨੇ ਜੋ ਕਿਸਾਨਾਂ ਨੇ ਐਲਾਨ ਕੀਤੇ ਉਹ ਵੀ ਨੇ ਅਤੇ ਆਊਟ ਆਫ ਦੈਟ ਕਿ ਜਿਹੜੇ ਪੰਜ ਰਾਜਾਂ 'ਚ ਜਿਹੜੀਆਂ ਪੰਜ ਸਟੇਟਾਂ 'ਚ ਇਲੈਕਸ਼ਨ ਚੱਲ ਰਹੀ ਹੈ ਅਸੈਂਬਲੀ ਦੀ ਡੈਫੀਨੇਟਲੀ ਉਹਦੇ ਬਾਰੇ ਵੀ ਕੁਐਸਚਨ ਨੇ ਅਤੇ ਆਪਾਂ ਸ਼ੁਰੂ ਕਰਦੇ ਕਿ ਜਦੋਂ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀਗੀ ਉਦੋਂ ਤੁਸੀਂ ਇਹਨਾਂ ਨੂੰ ਯੁਗਿੰਦਰ ਯਾਦਵ ਅਤੇ ਆਹ ਆਪਣੇ ਪ੍ਰਸ਼ਾਂਤ ਭੂਸ਼ਣ ਇਹ ਸਾਰੇ ਤੁਹਾਡੇ ਸਾਥੀ ਸੀਗੇ ਤਾਂ ਬਾਅਦ 'ਚ ਤੁਹਾਨੂੰ ਲੱਗਾ ਨਹੀਂ ਗਾ ਕਿ ਜਦੋਂ ਆਮ ਆਦਮੀ ਪਾਰਟੀ ਕਾਫੀ ਜਿੱਦਾਂ ਸੋਹਣੀ ਸਿਚੁਏਸ਼ਨ 'ਚ ਸੀਗੀ ਜਦੋਂ ਤੁਸੀਂ ਛੱਡਿਆ ਅਤੇ ਜੇ ਤੁਸੀਂ ਸਾਥ ਦਿੰਦੇ ਹਮਲਾ ਮਾਰਦੇ ਤਾਂ ਕਿਤੇ ਨਾ ਕਿਤੇ ਗੱਲ ਬਣ ਜਾਣੀ ਸੀ ਦੇਖੋ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਹੁਣ ਖਾਸ ਆਦਮੀ ਪਾਰਟੀ ਹੈ ਅਤੇ ਸਾਨੂੰ ਲੱਗਦਾ ਸੀਗਾ ਕਿ ਇਹਦੇ ਵਿੱਚ ਇੱਕ ਸਵਰਾਜ ਹੋਊਗਾ ਸਵਰਾਜ ਦਾ ਮਤਲਬ ਸਵੈ ਰਾਜ ਲੋਕ ਰਾਜ ਜਾਂ ਲੋਕਤੰਤਰਿਕ ਪ੍ਰਣਾਲੀ ਹੋਊਗੀ ਇਹ ਇੱਕ ਕਿਤਾਬ ਕੇਜਰੀਵਾਲ ਜੀ ਨੇ ਲਿਖ ਕੇ ਲੱਖਾਂ ਦੀ ਗਿਣਤੀ 'ਚ ਵੰਡੀ ਅਸੀਂ ਵੀ ਪੜ੍ਹੀ ਸਾਨੂੰ ਲੱਗਾ ਕਿ ਦੇਸ਼ ਦਾ ਧਰਤੀ ਪੁੱਤਰ ਭਾਵੇਂ ਉਹ ਹਰਿਆਣੇ ਤੋਂ ਕਿਸੇ ਕਿਸਮ ਦੇ ਆਪਣੇ IRS ਦੀ ਬੈਕਗਰਾਊਂਡ 'ਚੋਂ ਆ ਪਰ ਕੁਰਬਾਨੀ ਦਾ ਪੁਤਲਾ ਸਾਰਿਆਂ ਨੂੰ ਇੱਕ ਵਾਰੀ ਲੱਗਾ ਭਾਵੇਂ ਕਿ ਦੂਜੇ ਪੱਧਰ 'ਤੇ ਲਗਾਤਾਰ ਇੱਕ ਧਾਰਾ ਇਹ ਵੀ ਚੱਲਦੀ ਸੀ ਜਿਹੜੀ ਡਾਊਟ ਕਰਦੀ ਸੀ ਕਿ ਜਿਸ ਤਰੀਕੇ ਦੀ ਲਫਾਜ਼ੀ ਹੈ ਜਿਸ ਕਿਸਮ ਦੇ ਕਲੇਮ ਹੈਗੇ ਉਹਦੇ 'ਚ ਓਨੀ ਡੈਪਥ ਤਾਂ ਨਹੀਂ ਹੈਗੀ ਪਰ ਲੋਕ ਕਹਿੰਦੇ ਸੀ ਕਿ ਚਲੋ ਕਈ ਵਾਰੀ ਉਦੋਂ ਅਰਬ ਸਪਰਿੰਗ ਵਾਲਾ ਸਾਰਾ ਮਾਮਲਾ ਚੱਲਿਆ ਹੋਇਆ ਸੀ ਵੀ ਉਸੇ ਰੌਲੇ ਰੱਪੇ ਦੇ ਵਿੱਚ ਇੱਥੇ ਵੀ ਇੱਕ ਤੂਫਾਨ ਖੜ੍ਹਾ ਹੋਇਆ ਕਾਫੀ ਲੋਕ ਸਿਆਣੇ ਬਿਆਣੇ ਉਸ ਮੂਵਮੈਂਟ ਦੇ ਵਿੱਚ ਸ਼ਾਮਿਲ ਹੋਏ ਜੋਗਿੰਦਰ ਜਾਰ ਪ੍ਰਸ਼ਾਂਤ ਭੂਸ਼ਣ ਪ੍ਰੋਫੈਸਰ ਜਿਹੜੇ ਜਵਾਹਰ ਲਾਲ ਨਹਿਰੂ ਵਾਲੇ ਸੀ ਆਨੰਦ ਜੀ ਇਸੇ ਤਰੀਕੇ ਨਾਲ ਅਜੀਤ ਚਾਹ ਦਿੱਲੀ ਯੂਨੀਵਰਸਿਟੀ ਤੋਂ ਪ੍ਰੋਫੈਸਰ ਸੀਗੇ ਕਾਫੀ ਪ੍ਰੋਫੈਸਰ ਸਾਹਿਬਾਨ ਉਹਦੇ 'ਚ ਸ਼ਾਮਿਲ ਹੋਏ ਟੀਚਰ ਨੌਜਵਾਨ ਉਮੀਦ ਇਸ ਗੱਲ ਦੀ ਸੀ ਕਿ ਇੱਕ ਨਵੀਂ ਕਿਸਮ ਦੀ ਵਿਵਸਥਾ ਉਹਨਾਂ ਦਾ ਮੁੱਖ ਨਾਰਾ ਸੀ ਜਿਸ ਤਰ੍ਹਾਂ ਭਾਰਤ ਮਾਤਾ ਦੀ ਜੈ ਤੇ ਸੀਗਾ ਹੀ ਬੰਦੇ ਮਾਤਰਮ ਦਾ ਵੀ ਸੀਗਾ ਪਰ ਨਾਲੋ ਨਾਲ ਉਹਨਾਂ ਦਾ ਇਨਕਲਾਬ ਜ਼ਿੰਦਾਬਾਦ ਵੀ ਸੀ ਜਿਹੜਾ ਪੰਜਾਬ ਦੀ ਧਰਤੀ ਲਈ ਕਾਫੀ ਚੱਕਵਾਂ ਨਾਰਾ ਸੀ ਤੇ ਉੱਥੋਂ ਅੰਦਾਜ਼ਾ ਇਹ ਲੱਗਦਾ ਸੀ ਕਿ ਜਿਹੜੀ ਇਹ ਵਾਰ ਵਾਰ ਗੱਲ ਕਹਿੰਦੇ ਆ ਕਿ ਅਸੀਂ ਸਿਰਫ ਸੱਤਾ ਪਰਿਵਰਤਨ ਨਹੀਂ ਕਰਨਾ ਵਿਵਸਥਾ ਪਰਿਵਰਤਨ ਕਰਨਾ ਵਿਵਸਥਾ ਪਰਿਵਰਤਨ ਦਾ ਮਤਲਬ ਕਿ ਅਸੀਂ ਜਿਹੜੇ ਇੰਸਟੀਟਿਊਸ਼ਨਲ ਫਰੇਮਵਰਕ ਆ ਉਹ ਨਵੇਂ ਲੈ ਕੇ ਆਵਾਂਗੇ ਯਾਨੀ ਜਿਹਦੇ ਵਿੱਚ ਮੁਹੱਲਿਆਂ 'ਚੋਂ ਪੋਲੀਟਿਕਸ ਚੱਲੂਗੀ ਪੰਚਾਇਤਾਂ ਸਭ ਤੋਂ ਸੁਪਰੀਮ ਹੋਣਗੀਆਂ ਉੱਥੇ ਜੋ ਫੈਸਲੇ ਹੋਣਗੇ ਉਹੋ ਹੀ ਸੂਬਿਆਂ ਦੀਆਂ ਸਰਕਾਰਾਂ ਕਰਨਗੀਆਂ ਇਸ ਕਿਸਮ ਦੀ ਇੱਕ ਲੰਬੀ ਚੌੜੀ ਕਿਤਾਬ ਲਿਖ ਕੇ ਇਹ ਨਾਅਰੇ ਦੇ ਕੇ ਇਸ ਕਿਸਮ ਦਾ ਵਿਚਾਰ ਅੱਗੇ ਤੌਰ 'ਤੇ ਗੁਰਲਾਲ ਜੀ ਕਾਫੀ ਲੋਕ ਪ੍ਰਭਾਵਿਤ ਹੋਏ ਉਹਨਾਂ ਨੂੰ ਲੱਗਾ ਕਿ ਹੁਣ ਅਸਲ ਮਾਨਿਆਂ 'ਚ ਜਿਹੜੀ ਆਜ਼ਾਦੀ 1947 'ਚ ਨਹੀਂ ਆਈ ਹੁਣ ਆਊਗੀ ਜਿਹਦੇ ਲੀਡਰ ਸਿੰਬਲ ਅੱਗੇ ਕੇਜਰੀਵਾਲ ਜੀ ਬਣੇ ਜੀ ਪਰ ਬੜਾ ਹੀ ਜਲਦੀ ਉਹ ਭਾਂਡਾ ਫੁੱਟ ਗਿਆ ਜਦੋਂ 28 ਮਾਰਚ 2015 ਦੇ ਵਿੱਚ ਦੁਬਾਰਾ ਚੋਣਾਂ ਜਿੱਤਣ ਤੋਂ ਬਾਅਦ ਕੇਜਰੀਵਾਲ ਜੀ ਨੇ ਉਹ ਇਕੱਲੇ ਇਕੱਲੇ ਬੰਦੇ ਕੰਨੋਂ ਫੜ ਕੇ ਧੱਕੇ ਦੇ ਨਾਲ ਬਾਊਂਸਰ ਬੁਲਾ ਕੇ ਮੀਟਿੰਗ ਤੋਂ ਬਾਹਰ ਸੁੱਟ ਤੇ ਜਿਹਦੇ ਵਿੱਚ ਜੋਗਿੰਦਰ ਯਾਦਵ ਸੀ ਮੈਂ ਉੱਥੇ ਆਈ ਵਿਟਨੈਸ ਹੈਗਾ ਮੀਟਿੰਗ ਗੜਗਾਉਂ 'ਚ ਹੋਈ ਸੀ ਜਿਹਦੇ ਵਿੱਚ ਪ੍ਰਸ਼ਾਂਤ ਭੂਸ਼ਣ ਹੋਣੀ ਵੀ ਸੀਗੇ ਪ੍ਰੋਫੈਸਰ ਆਨੰਦ ਕੁਮਾਰ ਜਾਂ ਹੋਰ ਸਾਰੇ ਜਿਹੜੇ ਵੀ ਸੀਗੇ ਇਹ ਸਾਰੇ ਬਾਹਰ ਆ ਗਏ ਇੱਥੋਂ ਤੱਕ ਕਿ ਤਰਬੀਰ ਗਾਂਧੀ ਜਿਹੜੇ ਉਦੋਂ
इलेक्टेड एमपी सी, उन्होंने लिखा कि जे आज पैरेलल प्रेस कॉन्फ्रेंस केजरीवाल के विरुद्ध ये लोग जो चक के बाहर मारे ना करते तो मैं प्रेस कॉन्फ्रेंस करनी सी, क्योंकि मैं उस प्रेस कॉन्फ्रेंस में भी बैठा सी। उसका नतीजा यह निकलिया कि खालसा और गांधी जी ने भी अपनी सारी टर्म सस्पेंडेड ही रहना पाया। चार साल उस बाद वो उन्होंने ना पार्टी कोई एक्शन लिया, ना उन्होंने अंदर लिया, ना उन्होंने बाहर किया। वो चार साल अपनी टर्म दे धर्मवीर गांधी ते एच एस खालसा इंज ही कट गए। दो एम पी जिहड़े आ वो नाल रहे, जिन्हां चों एक एम पी अजे भी जित के उन्हां दे नाल है। मैं ब्रीफ दे विच गुरलाल जी इन्नी गल कहनी चाहुंदा कि जिस उम्मीद, जिस सोच, जिस विचार और जिस इकरार दे नाल ये पार्टी आई और लीडर साहबाना ने उस लोगों को एक उम्मीद दी सी कि असीं इंज करांगे इंज करांगे, असल मानिया च मैं जे बहुता ना कहां तो बिल्कुल उहदे उल्ट सारा कुछ होया। पार्टी के अंदर कोई डेमोक्रेसी नहीं है, कोई जमहूरीयत नहीं है। जिस तरीके नाल बीजेपी के अंदर मोदी 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 हुंदा आ, इत्थे केजरीवाल 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 हुंदा, जो केजरीवाल चाहुण उही हुंदा। एक धीरी जां एक परसनैलिटी जां एक कल्ट बेस्ड ये पार्टी बन के रह गई है। पंजाबी लगातार कोशिश की उन्होंने हल्ला बोल के असी इस लहर दे विच शामिल होइए। 25% वोटा 2014 च, 25% ही वोटा 2017 च, बिना किसी इन्हां दे पार्टी दे काम कीतिया, बिना पार्टी दे कोई ज़्यादा पंजाब च आधार हुंदिया दित्तियां वोटा जी। पर दोही वारी जदों निराशा हाथ लगी, पहली वारी दो एम पी सस्पेंड हो गए, पार्टी चों बंदे भी कढे गए 15 दे विच, दूसरी बारी 17 च जिहड़े 20 बंदे जिते, हालांकि इहदे सरकार बनाई बैठे सी, महकमे भी डायरैक्टोरेट भी चेयरमैन भी सारे मंड ले सी जी, वो उत्थे तक ते गल नहीं पहुंची। जिहड़े 20 जिते दोबारा भी वह भी इकट्ठे नहीं रह सके जी। खैरा किसे पासे चले गया, पार्टी अलग बना ली। बाकी जिहड़े मानसा वाले मनसाईया साहब आ वह कांग्रेस चले गए, एक होर कांग्रेस चला गया, जाणी उही गल दोबारा हो गई। फिर तैयारी तो करी बैठे है कि असी दोबारा पंजाब दे विच एंट्री मारीे, पर मैनू लगता काफ़ी मुश्किल आ, क्योंकि जिस किस्म की बेविश्वासी फैली है इस सारे समय के अंदर, और जिस किस्म का कोई बहुता काम भी नहीं किया, किहड़ा काम किया, तो दसण तो 20 बंदिया ने किहड़े इत्थे गंढे गोडे आ पंजाब दे, सवाए अपने इधर उधर बयान देने दे, होर कुछ नहीं किया तरातल ते, ना कोई मूवमेंट लड़ी ना कुछ किया। प्रोफेसर साहब तुहानूं नहीं लगता जे खैरा साहब ते मानसाईया साहब ते अपने वह रोपड़ वाले जिहड़े हैगे आ वह सारे जे इकट्ठे रहिंदे खैरा साहब की लीडरशिप के अंडर, तो कोई ना कोई ठोस स्ट्रोंग ओपोजिशन का प्रूफ दे सकते सीगे। गुरलाल जी इस तरह आ कि खैरा साहब दियां दिक्कतां ते चलो निजी परसनैलिटी दियां है ही, जब उन्होंने हाथ बटेरा लगे गया सी तो उसका काम चलाई जाती है ना जी। तुसी जे बगावत करनी सी तो घट्टो घट 20 चो 14 बंदे नाल रखते, ताकि अलग पार्टी बना के भी तुहानू दोबारा चोणा ना लड़ना पे जी जी। ये उन्होंने सलाह भी मैं खुद उस गल च शामिल सी, मैं ते सलाह करदा रहा। मैं कहा गल सुनो, काम पंजाबी करते आ, पैसा पंजाबी देंदे आ, एनआरआईआं ने पूरा जोर लाया, इन्ना अन्ना पैसा बहाया, सारा केजरीवाल का माला माल करता है ना। जो टिकटा का डिसाइड होता वह दिल्ली होता, वह क्यों बई फिर सवराज का दा पंजाबी पंजाब च बैठी कमेटी टिकटा का डिसाइड करे ना कि किनू किनिया देनिया। हाँ इन्नी कु उन्होंने दे दौ कि जे आप हर सीट के उत्ते 3 बंदिया का नाँ अपनी वालों करते हैं, एक का टिक वो कर लैन, जो उन्होंने भी 4 पैसे बनाने उपर बना लैन, पर यह ना हो सीधिया ही टिकटा वह बेची जा अपनी छवि वह बनाने असी थले जुत्तियां घसाई जाइए, ये सानू मंजूर नहीं। मैं खैरे नाल ये गल की, उन्होंने मैनू ये कहना सीगा प्राइवेटली उदों कि देखो मनजीत ते सानू भी अटोनमी तो चंगी लगती है, स्वराज चंगा लगता, जिहड़ा केजरीवाल ने सानू कहा कि असी स्वराज लियावांगे उस करके कहते असी आए, पर जो असी यह जी गल करते हैं केजरीवाल तो वे जो बंदे आ उसे साडे सीख पाओ हो जाते हैं, सानू कहते हैं कि तुम होंगे कौन है अखा दिखाते हैं, फिर इतने के बंदे भी डरते एम एल ए उन्होंने नाल हो जाते हैं भी केजरीवाल ना बिगाड़ो, जो उन्होंने बिगड़ गई तो फिर साढ़िया आने वाले समय से टिकटा नहीं मिलनगियां। वो फिर जिवें प्रोफेसर साहब जिदा एक्सप्लेन एक मिनट जिदा मैं एक गल खत्म कर दिया, जिवें 1857 की सी, जिवें गदर आप इतने कर ली, सराभा जी आए थे वो कच्चा गदर हो गया, फेल हो गया, इन्होंने कोशिश से रिवोल्ट ही किया सी पर सिरे नहीं लगा। हाँ जी गुरलाल।
हाँ जी सर, प्रोफेसर साहब एक मैं सिर्फ निक्का जिहा क्वेश्चन सी इस सारे चीज़ों निकल के कि खहरा साहब अड हो गए, होर दो चार एम एल ए इधर उधर पार्टियां चले गए, उहदे नाल ना तो स्ट्रोंग ओपोजिशन बनी ते आप आपकी जिद करके आप आप दीयां गल्लां लैके पॉइंट लैके बखरेवें पा के, पर अगे भी इशू यही है कि मैनू कित्थे मैं स्टैंड करदा आह ही दिमाग दे विच चल रहा, पर इस सारे विच पंजाब कित्थे है जी? देखो पंजाब की परिस्थिति बड़ी अजीब है। पंजाब पिछले घट्टो घट 10 सालों का अंगड़ाइया लै रहा कि कोई नवी राजनीति आए, बागी लोग आ पंजाब के, इनकलाबी लोग आ, कुरबानी वाले लोग आ, भरोसे से चलण वाले आ, है ना, तो जे कोई उन्होंने भरोसा तोड़े तो वो मंजी ठोकन वाले आ। इस किस्म का पंजाबी सुभा आप सारे जानते, आपी सू बहरों सीखने की लड़ नहीं हैगी। सवाल यह है कि वह जो गैप आ जी उन्होंने आकांक्षावं आ जड़िया उम्मीदा आ कौन पूरा करे? वो पीपीपी की पतंग चढ़ाई सी उन्हों का चोन निशान पतंग सी, मैं इस करके कह रहा हूँ, वह फिर बहुती चढ़ी नहीं, वो तो आप ही नहीं मनप्रीत होनी जित सके। फिर ये आम आदमी पार्टी भी आ गई, झाड़ू आ गया, झाड़ू फेरिया भी लोगों ने बथेरा, जेडे कद झाड़ू में छूते नहीं सी बथेरा फेरता, 25% वोटा कट्ठिया कर लिया झाड़ू नाल, कोई सौखी गल नहीं, वो भी एक नवी पार्टी बिना किसी आधार तो लोगों ने साथ वालों तो कमी नहीं दिती। अज भी लोग विकल्प लभ रहे हैं, इसलिए मैनू समझ जी मेरी बन रही है कि मजबूरी वास्ते भावे वोटा जड़िया आम आदमी पार्टी को कुछ पै जान मजबूरी वास, क्योंकि लोग अकालिया वाल नहीं अजे भी परते, लोग कांग्रेस तो भी दुखी है, पर ओवरऑल पंजाब का अज की तरीक माहौल ये हैगा। जो मैं पूछो कि मेरे कमेंट की है कि जे अज चोणा हो जाण ते ना चाहते हो भी कांग्रेस फिर सत्ता च आजूगी, हालात पंजाब के अज ये बने हुए हैं, क्योंकि जी अपोजिशन आ भावें आम आदमी पार्टी की आते भावें अकाली दल आने धड़ले उन्नी मजबूत नज़र नहीं आ रही जिदे ते भरोसा करके लोग उन्होंने वोटा पा। जी जी प्रोफेसर साहब, आप ना बहुत सोहना इलैबरेट किया कि तुम की सिचुएशन बनी तो हूँ की है अगे का 2022 का की प्लान है, उत्ते भी आप करांगे, पर उस तो पहला आप किसानी मुद्दे चलांगे, तो आप एक छोटी जी ब्रेक ले लें तो आप इस तरह 2-3 मिनटा तक फिर जुड़ते हैं जी। ठीक है जी, ठीक है। दर्शकों सन प्रोफेसर मनजीत सिंह जी जिहड़े अपने नाल जुड़े हुए ने उत्थों इंडिया तो, ते अपने को बहुत सारे क्वेश्चन ने जिहड़े अगे ब्रेक तो बाद भी जारी रखांगे, तुसीं भी आपदे विचार सांझे या क्वेश्चन पुछ सकदे हो प्रोफेसर साहब नूं फोन करके, ते आपां मिलदे हां एक छोटी जी ब्रेक तो बाद, इदे बने रहो जस पंजाबी ते। स्वागत जी तुहाडा सारयां दा, फिर ब्रेक तो बाद मैं तुहाडा गुरलाल प्रोग्राम ओपन प्लेटफॉर्म लैके हाजिर हुंना ट्यूजडे वैनसडे थर्सडे शाम 9 बजे पैसिफिक टाइम साढ़े कैलीफोर्निया स्टूडियो तो। दर्शकों अपने नाल जुड़े हुए हैं प्रोफेसर मनजीत सिंह जी, तो आप उन्होंने फिर दोबारा स्क्रीन पर लिया के क्वेश्चन जारी करते हैं। प्रोफेसर साहब ये तुसी बड़ा सोहना क्लीयर करता कि होया हुण आपां 2022 ते बाद चाहते हैं, पहले आपां किसान अंदोलन नाल चलते हैं कि पहला तो जी 4 मैंबरी कमेटी सरकार ने बनाई सी उहदे विच माणयोग भुपिंदर सिंह मान हुणी तां पहला ही पासे हो गए, हुण 3 मैंबरी रह गई है, चाहे गुलाटी जी ने लै लिए, जो नतीजा है करीब करीब सारे के दिमाग के हैगा, तो कोई डिफरेंट लगता जो लोगों के दिमाग है कि यह कोई किसान पक्षी नहीं आएगा, तो दिमाग है कि कितना कितने कोई आशा की किरण हैगी है? नहीं नहीं, वो तो एक फारस आ, फारसी गल आ, मतलब जिन्होंने पंजाबी कहते ड्रामा हैगा, कोर्टा इस राय चल पियां ये बड़ी माड़ी गल आ, कोर्टा तो लोग सरकार नालों अलग एक इंसाफ की कानून मुताबिक इंसाफ की उम्मीद करते हैं, जे कोर्टा भी इस किस्म की राजनीति चुतर आनगियां तो फिर लोग कित्थे जाणगे, कित्थे अपने हक ले सच्चाई की गुहार लाउणगे, इंसाफ की गुहार लाउणगे। तो गुरलाल जी वो तो कमेटी जो बनी अशोक गुलाटी जो 24 घंटे इन्होंने कानूनों की प्रोड़ता करता है जो इन्होंने नाल रल के चलता है, तो उन्होंने तुम कितों उम्मीद कर सकते कि वह कुछ ना कुछ करे? मेरी आवाज आ रही है जी? हाँ जी आ रही है, जा रही। हाँ तो इस करके अपां उस कमेटी तो कोई बहुतियां उम्मीदा नहीं सगिया गुरलाल जी। दूसरा जिस तरह भुपिंदर मान ने थले आ गए किसानों के दबाव मॉरल प्रैशर थले आ गए, उन्होंने कहा कि मैं तो पर हूं रब मैं मैं तो पंजाब च रहना, मैनू इस गल बीजेपी वागू मेरा होर इतने घिराओ हों,
सारियां किसान जथेबंदियां ने उहदा बाइकाट कर दिता, कोई एक भी मीटिंग च नहीं गए। उन्होंने 11 सूबियां चों 17 यूनियन जिहड़ियां उन्हां दियां हाथ ठोका जिहड़ियां यूनियन होणगियां, कई ते दिसंबर च बणियां, कोई जनवरी च बणियां, इहो जिहा हालत आ देश दी। यानी जाली यूनियन खड़ियां करके उन्हां नूं विच लिया के गलबात करके खाना पूर्ति करके रिपोर्ट दे दित्ती आ। पता नहीं 2 दर्जनां तों वध उन्होंने मीटिंगां कीतियां। हुण रिपोर्ट के अंदर किहड़ा उत्थे सप बंद करके दिता, जिहड़ा उत्थे पता नहीं कोई नवी बीन बजा के मस्त करना, कोई उहदे च गलबात बहुती कोई है नहीं। उहदे जिस दिन रिपोर्ट खुलूगी उदण पता लगेगा, पर पता लग जाता जिस तरह जोशी ते धनवत कोई होर दो उन्होंने मैंबर उन्होंने नाँ तो बहुता नहीं सुने असी, पर अशोक गुलाटी के नोन सरकारी बंदे हैगे आ, जिहड़ी जिहड़ी सरकारी पॉलिसी की जिहनूं आपां लिबरल पॉलिसी जां आधारवादी नीतियां दे वो हक विच हैगे ते जिहदी तहत ये कानून सारे तिन्ने काले कानून आए है, ते इसलिए उन्हां तों तुसीं बहुती उम्मीद नहीं कर सकते। एक खाना पूर्ति जरूर हो गई है। हाँ जी गुलाटी जी। जी जी प्रोफेसर साहब, बड़ा सोहना तुसीं इलैबोरेट किया, जो लोगों की एक्सपैक्टेशनस है मेरा ख्याल नहीं उस तो उपर कुछ आने वाला। आप अगे वधदे हां प्रोफेसर साहब, हुण किन्ने महीने हो गए 300 तो उपर शहीदियां पै गई ने किसानां दियां, आपां उहनां दे वन बाय वन दुबारा पहलां दसदा कि अगे कोई आशा की किरण तुहानूं लगदी है, कोई लगदी उम्मीद कि सरकार जिदां बार बार एक ड्रामा जिहा कर रही है कि एक उन्होंने कहा सीगा कि श्रीमान नरेंद्र तोमर ने कहा कि असी जे किसान चाहुण तां असी गल करन लई तैयार है। कल परसों का उन्हों का बयान है, वह 2 महीने के वक्फे तो बाद एक बयान आया, तुसीं उन्हूं किद्दां देखदे हो कि यह वाकई कि जिहड़ी सरकार सीरीयस है, या फिर उन्होंने कहा भी एक बार टिके रहन जिथे टिके आ, 5 राज्यां जिहड़ी स्टेटां च उत्थे ना जाण क्योंकि उत्थे उन्हां दा विरोध हो रहा, की लगता जी? देखो चोर की मां बुकल च मूँह, वो हालत सरकार की आ। काम उन्होंने बहुत धक्का किया, सूबियां दे अधिकारां नाल खिलवाड़ किया, किसानां दीआं जमीनां ते अखां रख के कारपोरेटां नूं पिंडां च वाड़न की कोशिश हैगी है। कंज्यूमर जिहड़े आ, जिहड़े दलित नैशनल फूड सिक्योरिटी एक्ट 2013 उहदे तहत 80 करोड़ तों वध लोकां नूं इन्हां ने अनाज प्रोवाइड करना हुंदा। यानी अनाज का मतलब 1 रुपया किलो बाजरा, 2 रुपये किलो कणक, 3 रुपये किलो चौल, 80 करोड़ लोगों देने। यानी 75% रूरल लोगों, 50% अर्बन लोगों देने आ। जिहड़ा नैशनल फूड सिक्योरिटी एक्ट 2013 के मुताबिक जिहड़े जाते जाते उदों मनमोहन सिंह की सरकार पास कर गई सी, ये लिखा हुआ, मैं अपने वालों नहीं कुछ कह रहा। जे FCI खरीदूगी नहीं तो वह कितों दूगी, यदा मतलब तो तुम कंज्यूमर भी ये उल्ट की किया, वह कानून भुल गए जिथे वादे किए लोगों को कुछ देने, और कानून च लिखा हुआ कि असी मिनीम सपोर्ट प्राइस से MSP से अनाज किसानों को खरीदा, इस गल का असी वादा कर सारा भुल भुला के तो तुम एक नवा एक्ट लै। मेरे मूँह चो बड़िया गलत शब्द निकल लगे थे, बड़ा गुस्सा आता होंगे अंदरों के ਤੁਸੀਂ ਹੁਣ ਉਹ ਜਿਹੜਾ ਐਸੈਂਸ਼ੀਅਲ ਕਮੋਡਿਟੀਜ਼ ਐਕਟ 1955 ਉਹ ਬਣਾਇਆ ਤੇ ਤਾਂ ਸੀ ਕਿ ਲੋਕ ਹੋਲਡਿੰਗ ਨਾ ਕਰਨ, ਹੋਲਡਿੰਗ ਨਾ ਕਰਨ ਜੀ, ਕਮੋਡਿਟੀਜ਼ ਹੈ, ਇਹਨਾਂ ਨੇ ਉਸ ਨੂੰ ਖੋਲ ਕੇ ਸਿੱਧੀ ਸਿੱਧੀ ਇਜਾਜ਼ਤ ਅਡਾਨੀਆਂ ਨੂੰ ਦੇਤੀ ਵੀ ਗੰਡੇ ਆਲੂ ਪਿਆਜ਼ ਦਾਲਾਂ ਸਾਰੀਆਂ ਸਟੋਰ ਕਰ ਲਓ, ਵੱਡੇ ਵੱਡੇ ਗੋਡਾਊਨ ਬਣਾ ਲਓ, ਸਾਈਲੋਜ਼ ਅੱਗੇ ਉਹਨਾਂ ਨੇ ਬਣਾਏ ਹੋਏ ਆ ਜੀ, ਤੇ ਤੁਸੀਂ ਫਿਰ ਜਿਹੜੀ 5 ਰੁਪਈਏ ਖਰੀਦੋਗੇ 50 ਰੁਪਈਏ ਵੇਚਣੀ ਆ, ਇਹ ਹਾਲਤ ਆ। ਆਲਰੇਡੀ ਸ਼ੁਰੂ ਥੋੜ੍ਹੇ ਥੋੜ੍ਹੇ ਲਿਮਿਟਡ ਲੈਵਲ 'ਤੇ ਹੋ ਵੀ ਗਿਆ। ਕੀ ਹੋ ਗਿਆ ਲਿਮਿਟਡ ਲੈਵਲ 'ਤੇ? ਮੈਂ ਆਪਣੇ ਅੱਖੀਂ ਡਿੱਠੀ ਗੱਲ ਕਰਦਾ, ਇੱਕ ਤਾਂ ਵੀਡੀਓ 'ਤੇ ਘੁੰਮ ਰਿਹਾ ਸੀਗਾ, ਗੋਭੀ ਦਾ ਫੁੱਲ 300 ਰੁਪਈਏ ਕਿਲੋ ਦਾ ਹੋਊ, ਵੱਧ ਤੋਂ ਵੱਧ ਜੇ ਬਹੁਤ ਵੱਡਾ ਹੋਊ। ਹਾਂਜੀ, ਇੱਕ ਸਰਦਾਰ ਜੀ ਦਿਖਾ ਰਹੇ ਸੀ। ਹਾਂਜੀ ਹਾਂਜੀ, ਤੁਸੀਂ 300 ਰੁਪਈਏ ਦਾ ਤਾਂ ਨਹੀਂ। ਮੈਂ ਕਿਹਾ ਐਵੇਂ ਕਈ ਵਾਰੀ ਸਾਡੇ ਵਰਗੇ ਬੰਦੇ ਗੱਪਾਂ ਮਾਰ ਦਿੰਦੇ ਆ, ਕੋਈ ਇੱਧਰ ਉੱਧਰ ਦੀ ਗੱਲ ਹੋਣੀ ਆ, ਮਜ਼ਾਕੀਆ ਮਜ਼ਾਕ ਕੀਤਾ ਹੋਣਾ, 300 ਰੁਪਈਏ ਦਾ ਗੋਭੀ ਦਾ ਫੁੱਲ ਨਹੀਂ, ਉਹ 'ਚ ਕਿਹੜਾ ਕਿਤੇ ਸੋਨੇ ਦੀ ਮੇਖ ਲਾਈ ਆ ਅਤੇ ਉਹ 300 ਰੁਪਈਏ ਦਾ ਵਿਕਣਾ ਜਾਂ ਸੋਨੇ ਦੇ ਵਰਕ 'ਚ ਲਪੇਟਿਆ ਹੋਇਆ। ਮੈਂ ਇੱਕ ਦਿਨ ਕਿਸੇ ਸਟੋਰ 'ਤੇ ਗਿਆ, ਇੱਕ ਪੱਤਾ ਗੋਭੀ ਦਾ ਸੜਿਆ ਹੋਇਆ 350 ਗ੍ਰਾਮ ਦਾ ਪੱਤਾ ਗੋਭੀ ਦਾ ਫੁੱਲ ਜਿਹੜਾ ਸੜਿਆ ਹੋਇਆ ਸੀ ਬਾਹਰੋਂ ਬਾਹਰੋਂ, ਜਿਹਨੂੰ ਗਾਂ ਵੀ ਗਾਂ ਨੂੰ ਪਾ ਦਿਓ ਨਾ ਗੁੱਸਾ ਕਰਕੇ ਤੁਹਾਡੇ ਸਿੰਘ ਮਾਰੇ ਕਿ ਮੈਨੂੰ ਇੰਨੀ ਮਾੜੀ ਸਮਝਿਆ ਕਿ ਮੈਂ ਇਹ ਫੁੱਲ ਖਾਊ ਪੱਤਾ ਗੋਭੀ ਦਾ। ਜੀ ਜੀ, ਉਹ ਪੱਤਾ ਗੋਭੀ ਦਾ ਜਿਹੜਾ ਕੈਬੇਜ ਦਾ ਸੀਗਾ ਉਹਦੇ 'ਤੇ ਕੀਮਤ ਲਿਖੀ ਸੀ 50 ਰੁਪਏ ਜੀ। ਤਾਂ ਮੈਂ ਖੁਦ ਸਟੋਰ 'ਚ ਮੈਂ ਦੇਖਿਆ, ਮੈਂ ਹੈਰਾਨ ਹੋ ਗਿਆ ਕਿ ਇਹ ਹਾਲਤ ਹੋ ਗਈ ਹੈ।
ਜਿਹੜੀ 2-3 ਰੁਪਈਏ ਕਿਲੋ ਉਹ ਬਾਹਰ ਪੱਤਾ ਗੋਭੀ ਗਰੀਬਾਂ ਨੂੰ ਹੋਰਨਾਂ ਨੂੰ ਮਿਲ ਰਹੀ ਹੈ ਅਤੇ ਜਿਹੜੀ ਉਹਦੇ 'ਚ ਥੋੜ੍ਹੀ ਮਾੜੀ ਹੁੰਦੀ ਆ ਉਹ ਗਾਈਆਂ ਵੀ ਸਾਡੀਆਂ ਖਾਂਦੀਆਂ ਉਹ ਸੁੱਟ ਦਿੰਦੇ ਆ ਰੇਹੜੀਆਂ ਤੋਂ। ਇਹ ਹੁਣ ਰੇਹੜੀਆਂ ਤੋਂ ਜਿਹੜੀ ਸੁੱਟੀ ਹੋਈ ਚੁੱਕ ਕੇ ਉਹਨੂੰ ਝਾੜ ਝੂੜ ਕੇ ਇਸ ਤਰ੍ਹਾਂ ਵੇਚਣਗੇ। ਇਹ ਆਉਣ ਵਾਲੇ ਸਮੇਂ 'ਚ ਸਾਡੇ ਦੇਸ਼ ਦੀ ਹਾਲਾਤ ਬਣਨ ਵਾਲੀ ਹੈ। ਜੋ ਪਿੱਛੇ ਅੱਜ ਤੋਂ ਆਜ਼ਾਦ ਭਾਰਤ ਵਿੱਚ ਮਾੜਾ ਮੋਟਾ ਆਟਾ ਦਾਲ ਸਕੀਮ ਚੱਲਦੀ ਸੀਗੀ, ਜਿਹੜਾ PDF ਸਿਸਟਮ ਸੀਗਾ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ, ਉਹ ਫੂਡ ਜਿਹੜਾ ਸਿਕਿਉਰਿਟੀ ਦਾ ਲਾਅ ਸੀ ਉਹਨੂੰ ਕਿਸੇ ਨਾ ਕਿਸੇ ਰੂਪ 'ਚ ਲਾਗੂ ਕਰ ਰਹੇ ਸੀਗੇ। ਉਹ ਸਾਰਾ ਵਾਇੰਡ ਅਪ ਕਰਕੇ ਇੱਕ ਨਵੀਂ ਕਿਸਮ ਦਾ ਕਬਜ਼ਾ ਲੋਕਾਂ 'ਤੇ ਕਰਨ ਦਾ ਸ਼ੁਰੂ ਹੋ ਗਿਆ ਕੰਮ। ਇਸ ਕਰਕੇ ਸਭ ਤੋਂ ਖਤਰਨਾਕ ਗੱਲਾਂ 'ਤੇ ਇਹ ਆ, ਜਦੋਂ ਇਹ ਸਾਰਾ ਕੁਝ ਹੈਗਾ, ਤੁਸੀਂ ਜਿਹੜਾ ਸਵਾਲ ਕਰਦਾ ਆ ਕਿ ਇਹ ਆਉਣ ਵਾਲੇ ਸਮੇਂ 'ਚ ਨਿਰਾਸ਼ਾ ਹੋਊ ਕਿ ਆਸਾ ਹੋਊ ਕਿ ਕੀ ਹੋਈ, ਸਾਡੇ ਕੋਲ ਕੋਈ ਚਾਰਾ ਨਹੀਂ ਗੁਰਲਾਲ ਜੀ। ਤੁਸੀਂ ਕੀ ਘਰ ਜਾ ਸਕਦੇ? ਜੇ ਘਰ ਚਲੇ ਜਾਓਗੇ ਤੇ ਘਰ ਜਾ ਕੇ ਸੌਂ ਸਕਦੇ ਆ? ਰਾਈਟ, ਸੁਇਸਾਈਡ ਤੇ ਪਹਿਲਾਂ ਹੀ ਹੋ ਰਹੇ ਆ, ਪਹਿਲਾਂ ਹੀ ਹੋ ਰਹੇ ਜੀ। ਕਰਜ਼ੇ ਦੀ ਪੰਡ ਇੰਨੀ ਆ ਕਿ ਉਹਨੇ ਪਹਿਲਾਂ ਹੀ ਪਿੱਠ ਤੋੜੀ ਹੋਈ ਆ। ਕੈਂਸਰ ਲਾਰਜ ਕੇ ਤੇ ਪੰਜਾਬ ਦੇ ਵਿੱਚ ਹੈਗਾ ਹੀ ਆ, ਕਿਉਂਕਿ ਤੁਸੀਂ ਇੰਨੀਆਂ ਦਵਾਈਆਂ ਛਿੜਕਾ, ਪਾਣੀ ਗੰਦਾ, ਸਾਰਾ ਸਾਰਾ ਧਰਤੀ ਤਬਾਹ, ਪਾਣੀ ਤਬਾਹ, ਹਵਾ ਤਬਾਹ ਕਰਕੇ ਰੱਖਤੀ। ਕਾਹਦੇ ਲਈ ਕਰਵਾਈ ਹੈ? ਕਿਸਾਨਾਂ ਨੇ ਥੋੜੀ ਕੀਤੀ ਹੈ। ਇਹ ਐਗਰੀਕਲਚਰ ਯੂਨੀਵਰਸਿਟੀ ਨੇ ਮੇਲੇ ਲਾ ਲਾ ਕੇ ਕਿਹਾ ਕਿ ਇੰਝ ਕਰੋ ਇੰਝ ਕਰੋ, ਤੁਹਾਡੀ ਆਮਦਨ ਦੁੱਗਣੀ, ਤੁਹਾਡੀ ਆਮਦਨ ਤਿੱਗਣੀ। ਹੁਣ ਜਿਵੇਂ ਮੋਦੀ ਜੀ ਕਹਿ ਰਹੇ ਆ ਤੁਹਾਡੀ ਆਮਦਨ ਦੁੱਗਣੀ, ਝੂਠ ਬੋਲ ਰਹੇ। ਪਹਿਲਾਂ ਜਿਹੜੇ ਹਰੇ ਇਨਕਲਾਬ ਦੀ ਜਿਹੜੀ ਭੁਗਤਣੀ ਆ ਉਹ ਭੁਗਤ ਰਹੇ ਆ, ਸਾਡਾ ਸਾਰਾ ਕੁਝ ਤਬਾਹ ਹੋਇਆ, ਅਸੀਂ ਕਰਜ਼ਾਈ ਹੋਏ। ਹੁਣ ਉਹਦੇ 'ਚੋਂ ਕੱਢਣ ਦੀ ਜਗ੍ਹਾ, ਹੁਣ ਇਹ ਕਹਿੰਦੇ ਕਿ ਇਹ ਡੁੱਬਦੇ ਹੋਏ ਪੰਜਾਬ ਨੂੰ ਇੱਕ ਧੱਕਾ ਹੋਰ ਦਿਓ ਤੇ ਖਤਮ ਕਰੋ। ਇਹ ਸਾਜਿਸ਼ ਜਿਹੜੀ ਹੈ ਉਹ ਚੱਲ ਰਹੀ ਹੈ, ਔਰ ਮੈਨੂੰ ਲੱਗਦਾ ਉਹ ਕਾਨੂੰਨ ਜਿਹੜੇ ਆ ਉਹ ਵਾਪਸ ਹਰ ਹਾਲਤ ਹੋਣੇ ਆ। ਉਹਦਾ ਕਾਰਨ ਇਹ ਨਹੀਂ ਕਹਿ ਰਿਹਾ ਕੌਣ ਠੀਕ ਕੌਣ ਗਲਤ, ਜੋ ਕਿਸਾਨਾਂ ਨੂੰ ਸਾਫ ਸਾਫ ਸਮਝ ਪੈ ਗਈ ਹੈ ਕਿ ਇਹ ਸਾਡੀਆਂ ਜ਼ਮੀਨਾਂ 'ਤੇ ਕਬਜ਼ਾ ਕਰਨ ਆਏ ਆ। ਬਿਲਕੁਲ ਅੰਗਰੇਜ਼ਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਧਾੜਵੀ ਹੈ, ਉਹ ਵੀ ਈਸਟ ਇੰਡੀਆ ਕੰਪਨੀ ਆਈ ਸੀਗੀ। ਇਹ ਦੋ ਕੰਪਨੀਆਂ ਆ, ਅਡਾਨੀ, ਵੈਸੇ ਈਸਟ ਇੰਡੀਆ ਵਰਗੀ ਤਾਂ ਅਡਾਨੀ ਹੀ ਆ ਜਿਹੜੀ ਖੇਤੀ ਦੇ ਵਿੱਚ ਆ, ਏਅਰਪੋਰਟਾਂ 'ਚ ਆ ਜਾਂ ਹੋਰ ਹਵਾਈ ਜਹਾਜ਼ਾਂ 'ਚ, ਰੇਲ ਗੱਡੀਆਂ 'ਚ ਵੀ ਉਹਨੂੰ ਟਰਾਂਸਪੋਰਟ 'ਚ ਲੈ ਆਉਣਗੇ, ਫਿਰ ਬੰਦਰਗਾਹਾਂ 'ਤੇ ਕਬਜ਼ਾ ਉਹਦਾ ਚੱਲ ਰਿਹਾ, ਇਸ ਕਿਸਮ ਦਾ ਅਤੇ ਖੇਤੀ ਦਾ ਕਬਜ਼ਾ ਉਹਦਾ, ਦੂਜਾ ਕਮਿਊਨੀਕੇਸ਼ਨ ਦਾ, ਰਿਲਾਇੰਸ ਦਾ, ਹੋਰ ਉੱਧਰ ਨੂੰ ਚੱਲ ਰਿਹਾ। ਅਤੇ ਇਹ ਦੋ ਕੰਪਨੀਆਂ ਜਿਹੜੀਆਂ ਇਸ ਵੇਲੇ ਮੋਦੀ ਜੀ ਐਵੇਂ ਨਾਂ ਦੇ ਪ੍ਰਧਾਨ ਮੰਤਰੀ ਆ, ਅਸਲ 'ਚ ਉਹਨਾਂ ਦੇ PA ਆ, ਜੋ ਕਹਿੰਦੇ ਆ, ਜੋ ਉਹਨਾਂ ਨੂੰ ਲਿਖ ਕੇ ਦੇ ਦਿੰਦੇ ਆ ਵੀ ਆਹ ਕਾਨੂੰਨ ਸਾਡੇ ਵਕੀਲਾਂ ਨੇ, ਕਾਰਪੋਰੇਟਾਂ ਦੇ ਵਕੀਲਾਂ ਨੇ ਇੰਜ ਤੈਅ ਕਰਤਾ, ਜਾ ਕੇ ਉੱਥੇ ਪਾਰਲੀਮੈਂਟ 'ਚ ਪਾਸ ਕਰਕੇ ਆ। ਮੋਦੀ ਜੀ ਭੱਜੇ ਭੱਜੇ ਜਾਂਦੇ ਆ, ਕਹਿੰਦੇ ਲਿਆਓ ਜੀ ਹੁਣੇ ਕਰ ਦਿੰਦੇ ਆ ਸੇਵਾ, ਅਸੀਂ ਸਾਨੂੰ ਸੇਵਾ ਦਾ ਮੌਕਾ ਦਿੱਤਾ। ਫਿਰ ਇਸੇ ਤਰ੍ਹਾਂ ਹੀ ਬਜਟ ਜਦੋਂ ਬਣਦਾ, ਉਹ ਬੰਦੇ ਬਜਟ ਬਣਾਉਂਦੇ ਆ ਉਹਨਾਂ ਦੇ ਜਿਸ ਤਰ੍ਹਾਂ ਉਹਨਾਂ ਨੂੰ ਸੂਟ ਕਰਦਾ, ਕੈਦ ਕੀ ਕਿੰਨੀਆਂ ਬੈਂਕਾਂ ਦੀ ਮੰਜੀ ਠੋਕਣੀਆਂ, 14 ਬੈਂਕਾਂ ਮਰਜ ਕਰ ਦਿੱਤੀਆਂ, ਹੁਣ ਕਿੰਨੀਆਂ ਕੁ ਬੈਂਕਾਂ ਨੂੰ ਪ੍ਰਾਈਵੇਟ ਕਰਨਾ ਉਹ ਕਰ ਦਿੰਦੇ ਆ, LIC ਦੀ ਫੋਰਨ ਡਾਇਰੈਕਟ ਇਨਵੈਸਟਮੈਂਟ। ਇਹ ਸਵਦੇਸ਼ੀ ਪਾਰਟੀ ਹੈ, ਇਹ ਸਵਦੇਸ਼ੀ ਦਾ ਇਹਦਾ ਹਾਲ ਦੇਖ ਲਓ ਤੁਸੀਂ ਕੀ ਹਾਲ ਆ। ਇਸ ਨੂੰ ਇਹ ਕਹਿ ਰਿਹਾ ਕਿ ਆਪਾਂ ਜਿਹੜੇ ਇੰਡੀਆ ਬੇਸਡ ਸਾਰਾ ਕੁਝ ਕਰਨਾ ਆ ਤਾਂ ਉਹਦੇ ਆਧਾਰ 'ਤੇ ਸਾਰਾ ਜੋ ਚੱਲ ਰਿਹਾ ਇਸ ਵੇਲੇ। ਇਹ ਦੇਖਣ ਵਾਲੀ ਗੱਲ ਇਹ ਹੈਗੀ ਹੈ ਕਿ ਮੈਨੂੰ ਲੱਗਦਾ ਆ ਗੁਰਲਾਲ ਜੀ ਕਿ ਜੋ ਪਾਲਿਸੀ ਜੋ ਨੀਅਤ ਇਹ ਲੈ ਕੇ ਆ ਗਏ ਆ ਇਸ ਕਿਸੇ ਦੀ ਬੜੀ ਪਰਨੀਸ਼ੀਅਸ ਆ। ਈਸਟ ਇੰਡੀਆ ਕੰਪਨੀ ਨੂੰ ਅਸੀਂ 200 ਸਾਲ ਲਾਏ ਕਰਨ ਲਈ, ਇਹਨਾਂ ਕੰਪਨੀਆਂ ਨੂੰ ਜੇ ਹੁਣੇ ਨਾ ਰੋਕਿਆ ਤਾਂ ਹੋ ਸਕਦਾ ਸਾਨੂੰ 2 ਕੰਪਨੀਆਂ, ਕਿਉਂਕਿ ਉਹਨੂੰ 1 ਨੂੰ 200 ਲੱਗੇ, ਸਾਨੂੰ 400 ਦੁਬਾਰਾ ਲੱਗਣ। ਪਰ ਇੱਕ ਗੱਲ ਮੈਨੂੰ ਬਹੁਤ ਸਾਫ਼, ਮੈਂ ਥੋੜ੍ਹਾ ਜਿਹਾ ਪੋਲੀਟੀਕਲ ਇਕੋਨਮੀ ਦੇ ਵਿੱਚ ਲਿਖਦਾ ਵੀ ਹਾਂ, ਪੜ੍ਹਦਾ ਹਾਂ ਇਕਨੋਮਿਕਸ ਦੇ ਵਿੱਚ, ਮੈਂ ਪੜ੍ਹਦਾ ਸੋਸ਼ੀਓਲੋਜੀ ਹਾਂ, ਲਿਖਦਾ ਇਕਨੋਮਿਕਸ ਵਿੱਚ ਹਾਂ ਅਤੇ ਸੋਚਦਾ ਫਲਸਫੇ 'ਚ ਹਾਂ, ਖਾਸ ਕਰਕੇ ਜਿਹੜਾ ਸਿੱਖ ਫਲਸਫਾ ਹੈਗਾ, ਇਸ ਕਿਸਮ ਦੀ ਮੇਰੀ ਬਣਤਰਜੀ ਹੈਗੀ। ਅਤੇ ਮੈਂ ਓਵਰਆਲ ਜਦੋਂ ਸਾਰੀਆਂ ਤੰਦਾਂ ਨੂੰ ਜੋੜ ਕੇ ਇੱਕ ਸਿੱਟੇ 'ਤੇ ਪਹੁੰਚਦਾ ਤਾਂ ਮੇਰਾ ਸਿੱਟਾ ਇਹ ਹੈ ਇਸ ਵੇਲੇ ਇਸ ਗੱਲ ਦੇ ਉੱਤੇ ਕਿ ਗੁਰਲਾਲ ਜੀ ਕਿ ਜੇ ਆਪਾਂ ਨਾ ਰੋਕਿਆ ਇਸ ਹਨੇਰੀ ਨੂੰ ਹੁਣ, ਇਹ ਬਹੁਤ ਤਬਾਹਕੁਨ ਸਾਬਤ ਹੋਊਗੀ। ਕਿਸਾਨ ਬੇਵਕੂਫ ਨਹੀਂ ਆ, ਕੋਈ ਆਪਣਾ ਇੰਨਾ ਟਾਈਮ ਨਹੀਂ ਦੇਣਾ ਚਾਹੁੰਦਾ। 300 ਤੋਂ ਵੱਧ ਲੋਕ ਸ਼ਹੀਦ ਹੋ ਗਏ ਆ, 350 ਦੇ ਕਰੀਬ, ਕੋਈ ਜਾਨ ਨਹੀਂ ਦੇਣਾ ਚਾਹੁੰਦਾ। ਕਿਸੇ ਨੂੰ ਘਰ ਤੋਂ ਬਾਹਰ ਨਿਕਲ ਕੇ ਸੜਕ 'ਤੇ ਬਹਿਣਾ 4 ਮਹੀਨੇ, 4.5-4 ਮਹੀਨੇ ਹੋ ਗਿਆ, ਚੰਗਾ ਨਹੀਂ ਲੱਗਦਾ ਇੰਨੀ ਠੰਡ ਦੇ ਵਿੱਚ। ਕੋਈ ਉੱਥੇ ਮੇਲਾ ਮਨਾਉਣ ਜਾਂ ਪਿਕਨਿਕ ਕਰਨ ਨਹੀਂ ਗਏ ਹੋਏ। ਪਰ ਇਹੋ ਜਿਹੇ ਥਿਕ ਸਕਿੰਡ ਪ੍ਰਧਾਨ ਮੰਤਰੀ ਆ, ਕਿਉਂਕਿ ਉਹਨਾਂ ਦੇ ਚਮਚੇ ਆ, ਕਿਉਂਕਿ ਉਹਨਾਂ ਦੇ ਦਰਬਾਰੀ ਚੌਕੀਦਾਰ ਉਹਨਾਂ ਦੇ ਬਣੇ ਆ, ਦੇਸ਼ ਦੇ ਚੌਕੀਦਾਰ ਨਹੀਂ ਹੈ।
ਇਹ ਅਡਾਨੀ ਅਬਾਨੀਆਂ ਦੇ ਚੌਕੀਦਾਰ ਹੈਗੇ ਆ, ਉਹਨਾਂ ਨੂੰ ਅੱਗੇ ਕਿਵੇਂ ਕਰਨਾ, ਉਤਸ਼ਾਹਿਤ ਕਿਵੇਂ ਕਰਨਾ, ਉਹਨਾਂ ਨੂੰ ਦੇਸ਼ ਕਿਵੇਂ ਵੇਚਣਾ। ਮੈਂ ਸਾਫ ਸ਼ਬਦਾਂ 'ਚ ਕਹਿੰਦਾ, ਮੈਂ ਦੋਹਰੇ ਕਹਿ ਦਿੰਦਾ ਕਿ ਸਾਰਾ ਦੇਸ਼ ਉਹਨਾਂ ਨੂੰ ਉਸੇ ਹੀ ਤਰਜ਼ ਤੇ ਵੇਚਣਾ ਸ਼ੁਰੂ ਕਰਦਾ ਜਿਵੇਂ ਈਸਟ ਇੰਡੀਆ ਕੰਪਨੀ ਨੇ ਵਪਾਰ ਦੇ ਨਾਂ ਤੇ ਪੂਰੇ ਦੇਸ਼ ਤੇ ਕਬਜ਼ਾ ਕਰ ਲਿਆ ਸੀ। ਸਾਡੇ ਪਬਲਿਕ ਸੈਕਟਰ ਨੂੰ ਤਬਾਹ ਕਰਨਾ ਇਹਨਾਂ ਦੀ ਇੱਕ, ਹੁਣ ਤੁਹਾਨੂੰ ਪਤਾ ਇਸ ਵੇਲੇ 90,000 ਕਰੋੜ ਰੁਪਈਆ ਇਹਨਾਂ ਨੇ ਕਿੱਥੋਂ ਇਕੱਠਾ ਕਰਨਾ ਆ। 50 ਗੱਡੀਆਂ, 50 ਰੇਲਵੇ ਸਟੇਸ਼ਨ ਤੇ 150-150 ਗੱਡੀਆਂ ਪ੍ਰਾਈਵੇਟ ਕਰ ਲਈ। ਤੁਸੀਂ ਏਅਰਵੇਜ਼ ਪਹਿਲਾਂ ਹੀ, ਸਾਰੇ ਏਅਰਪੋਰਟ ਪਹਿਲਾਂ ਹੀ ਦੇ ਦਿੱਤੇ ਆ। ਇਹ ਪਬਲਿਕ ਸੈਕਟਰ ਨਾਲ ਬਣੇ ਹੋਏ ਆ। ਮਾਮੇ ਲੱਗਦੇ ਇਸ ਗੱਲ ਦੇ ਕਿ ਤੁਸੀਂ ਜਿਹੜੇ ਪਬਲਿਕ ਪੈਸੇ ਦੇ ਜਨ ਲੋਕਾਂ ਦੇ ਵੇਲੇ ਸਿਰ ਕਿਸੇ ਕਿਸਮ ਦਾ ਆਪਣੀ ਸਹੂਲੀਅਤ ਲਈ, ਆਪਣੀਆਂ ਨੌਕਰੀਆਂ ਲਈ, ਆਪਣੀ ਸੋਸ਼ਲ ਸਿਕਿਉਰਿਟੀ ਲਈ ਇਹ ਸਾਰਾ ਵੱਡਾ ਇੱਕ ਸਿਸਟਮ ਖੜਾ ਕੀਤਾ, ਤੁਸੀਂ ਉਹਨੂੰ ਕੌਕੀਆਂ ਦੇ ਪਾ ਫੇਲ ਕਰ ਕਰਕੇ ਉਹਨਾਂ ਨੂੰ ਵੇਚੀ ਜਾਂਦੇ ਆ। ਯਾਨੀ ਜਿਹੜੀ ਚੀਜ਼ 5,000 ਦੀ ਆ ਤੁਸੀਂ 50 ਰੁਪਈਆਂ 'ਚ ਦੇਈ ਜਾਂਦੇ ਆ। ਇਸ ਕਿਸਮ ਦੇ ਹਾਲ 'ਚ ਤੁਸੀਂ ਕਰੋਗੇ ਦੇਸ਼ ਦਾ ਹਾਲ ਤਾਂ ਨੰਗ ਕਰ ਦਿਓਗੇ। ਇਸ ਲਈ ਜਿਹੜੀ ਪਰਨੀਸ਼ੀਅਸ ਪਾਲਿਸੀ ਮੋਦੀ ਤੇ ਅਮਿਤ ਸ਼ਾਹ ਲੈ ਕੇ ਆਏ ਆ, छोटी जी ब्रेक ते लो, इस तरह बने रहो जस पंजाबी ते। स्वागत जी तुहाडा सारयां दा, फिर मैं गुरलाल प्रोग्राम ओपन प्लेटफॉर्म लैके तुहाडे रूबरू हुणा ट्यूजडे वेंसडे थर्सडे शाम नूं 9 बजे पैसिफिक टाइम साडे कैलिफोर्निया स्टूडियो तो अपने नाल बने हुए ने प्रोफेसर मनजीत सिंह जी इंडिया तो आपां उहनां दे विचार सुणदे। होर भी क्वेश्चन बहुत ने जिहड़े कि बहुत सारे लोगों के होणगे, तुसीं भी कॉल करके जो है उहनां दे नाल आपदा क्वेश्चन पुछ सकदे हो। प्रोफेसर साहब वेलकम बैक अगेन। तो आपां गल करदे सीगे कि तुसीं जिहड़े कानूनां बारे दसण लग गए सीगे, मैं ना एक गल सोचता जी तुसीं करैक्ट करो उस चीज़ नूं। मैं यह सोचता सीगा वी चलो 3 कानूनां जिद्दां हैगे उहनूं पाए रहण दो, जे गौरमेंट MSP की गरंटी कर लेंदी है। बाद च मैनू किसी ने समझाया कि मान लो गौरमेंट लिख के देंदी MSP की, पर थले जे प्रोक्योरमेंट नहीं लिख के देंदी, जे प्रोक्योरमेंट ही ना हुई तो फिर की करोगे तुसी? ठीक है, नंबर वन। नंबर टू जिहड़ा क्वेश्चन मेरा प्रोफेसर साहब यह है कि एसेंशियल कमोडिटी का किसान बहुत चिरां तो स्ट्रगल कर रहा है, हुण तां आड़तीए भी आ गए, मजदूर भी आ गए, पर आम लोगों को ये हले तक गल समझ नहीं आई कि एसेंशियल कमोडिटी दे विच की होगा कि वह आपदा खरीद के तो स्टोर करके तंगी लियाउणगे मार्केट दे विच, फिर रंगीन लिफाफे आपदी मॉल दे विच ओह जिहड़ी किलो, मतलब कोई भी किलो, मतलब तुसीं मक्की दी गल कर लो, वह 800 रुपए नूं क्विंटल या 400 रुपए नूं क्विंटल खरीद के तो तुसी हिसाब लो 100 रुपया 150 रुपया किलो आपके मॉल दे विच वेचणगे। वह तो हर बंदे हर कंज्यूमर नूं आउट से 135-140 करोड़ भारतीयों वह तंग करेगी, तो लोग उस चीज़ में समझ नहीं रहे, क्यों नहीं बाहर आ रहे, उन्होंने कह रहे कि यह गल गलत हो रही है कि कोई अंडरस्टैंडिंग प्रॉब्लम है। ਤੁਸੀਂ ਪੰਡਾਲ ਜੀ, ਤੁਸੀਂ ਤੇ ਆਪਣਾ ਤੇ ਸਮਝਦੇ ਹੀ ਆ ਤੁਹਾਡੀ ਅਮਰੀਕਾ ਦੀ ਇਕਨੋਮੀ ਕਿਹੋ ਜੀ ਹੈ ਜੀ। ਉੱਥੇ ਤੇ ਪਬਲਿਕ ਸੈਕਟਰ ਦਾ ਕੋਈ ਬੋਲਬਾਲਾ ਨਹੀਂ ਹੈ, ਸਾਰਾ ਮਾਰਕੀਟ ਓਰੀਐਂਟਡ ਆ ਔਰ ਕਾਰਪੋਰੇਟ ਗਾਈਡਡ ਹੈ ਨਾ ਜੀ। ਤੁਹਾਡੀ ਜਿਹੜੀ ਖੇਤੀ ਹੈ ਉਹ ਕਾਰਪੋਰੇਟ ਕੰਪਨੀਆਂ ਉਹਨੂੰ ਕਾਰਪੋਰੇਟ ਕੰਪਨੀਆਂ ਉਹਨੂੰ ਜਿਹੜੀਆਂ ਰਨ ਕਰਦੀਆਂ ਜੀ। ਵੱਡੇ ਵੱਡੇ ਡੇਅਰੀ ਫਾਰਮ ਆ, ਲੱਖਾਂ ਏਕੜ ਦੀ ਜਿਹੜੇ ਹਜ਼ਾਰਾਂ ਏਕੜ ਦੇ ਇੱਕ ਇੱਕ ਫਾਰਮ ਹੈਗੇ ਆ, ਹੈਲੀਕਾਪਟਰਾਂ ਨਾਲ ਸਪਰੇਅ ਹੁੰਦੀ। ਮੈਂ ਦੇਖ ਆਇਆ, ਮੈਂ ਉੱਥੇ 25 ਸਾਲ ਪਹਿਲਾਂ ਗਿਆ ਸੀ ਤੇ ਮੈਂ ਦੇਖਿਆ ਸੀ ਕਿ ਖੇਤੀ ਜਿਹੜੀ ਆ ਉਹ ਲਾਰਜ ਸਕੇਲ, ਐਡੇ ਵੱਡੇ ਫਾਰਮ ਹੋਣ ਦੇ ਬਾਵਜੂਦ ਔਰ ਕਾਰਪੋਰੇਟਾਈਜੇਸ਼ਨ ਖੇਤੀ ਦੇ ਹੋਣ ਦੇ ਬਾਵਜੂਦ ਵੀ ਅੱਜ ਤੋਂ 25-30 ਸਾਲ ਤੋਂ ਮੈਂ ਪਹਿਲਾਂ ਦੀਆਂ ਤੁਹਾਨੂੰ ਗੱਲਾਂ ਦੱਸਦੇ ਹਾਂ ਕਿ ਉਦੋਂ ਵੀ 300-300% ਸਬਸਿਡੀ ਦੇਣੀ ਪੈਂਦੀ ਆ ਅਮੈਰੀਕਨ ਗੌਰਮੈਂਟ। ਉਹ ਲੋਕ ਸਾਰੇ ਖੇਤੀ 'ਚੋਂ ਛੱਡ ਕੇ ਭੱਜ ਗਏ ਜੀ, ਉਹ ਇਸ ਕਰਕੇ ਭੱਜ ਗਏ ਕਿਉਂਕਿ ਉਹ ਵੱਡੀਆਂ ਕੰਪਨੀਆਂ ਦਾ ਮੁਕਾਬਲਾ ਨਹੀਂ ਕਰ ਪਾਏ ਔਰ ਉਹ ਖੇਤੀ ਤੋਂ ਬਾਹਰ ਹੋ ਗਏ ਔਰ ਉਹ ਸਾਰੇ ਸ਼ਹਿਰਾਂ 'ਚ ਆ ਕੇ ਵੱਸ ਗਏ। ਇਸ ਵੇਲੇ ਤੁਹਾਡੀ ਕਿੰਨੇ ਪਰਸੈਂਟ ਖੇਤੀ ਦੇ ਵਿੱਚ ਆ? 2% ਹੋਣਗੇ ਜਾਂ 2.5 ਹੋਣਗੇ? ਇਹ ਤੋਂ ਵੱਧ ਨਹੀਂ ਹੈ, 2.5-3 ਤੋਂ ਥੱਲੇ ਹੈ ਜੀ। ਹਾਂਜੀ, ਘੱਟ ਹੈਗੇ ਆ, ਮੈਨੂੰ ਤਾਂ ਕੋਈ 1.5 ਹੀ ਕਹਿ ਰਿਹਾ ਸੀਗਾ। ਹਾਂਜੀ, ਇੱਕ ਮੈਂ ਗੱਲ ਕਲੀਅਰ ਕਰਦਾ, ਸਾਡੇ ਜਿਹੜੇ ਇੰਡੀਆ ਵਾਲੇ ਦਰਸ਼ਕ ਪ੍ਰੋਫੈਸਰ ਸਾਹਿਬ ਉਹ ਸੋਚ ਲੈਂਦੇ ਕਿ ਇਹ ਫੇਲੀਅਰ ਸਿਸਟਮ ਹੈ ਯੂਰਪ ਦਾ ਵੀ ਅਮਰੀਕਾ ਦਾ ਵੀ, ਫਰਕ ਸਿਰਫ ਇੰਨਾ ਕਿ ਗੌਰਮੈਂਟ ਕੋਲ ਪੈਸਾ ਸਰਪਲਸ ਮਨੀ ਐਗਰੀਕਲਚਰ ਸੈਕਟਰ ਲਈ ਪਈ ਹੁੰਦੀ ਹੈ, ਜੇ ਕੁਦਰਤੀ ਮਾਰ ਪੈ ਵੀ ਜਾਵੇ ਤਾਂ ਗੌਰਮੈਂਟ ਇੱਕ ਤਾਂ ਰੈਗੂਲਰ ਇੰਸ਼ੋਰੈਂਸ ਪ੍ਰਾਈਵੇਟ ਹੁੰਦੀ, ਤਾਂ ਗੌਰਮੈਂਟ ਉਦੋਂ ਉੱਪਰ ਹੋਰ ਸਬਸਿਡੀ ਦਿੰਦੀ ਹੈ ਤਾਂ ਕਿ ਛੋਟਾ ਕਿਸਾਨ ਜੋ ਹੈ ਸਰਵਾਈਵ ਕਰ ਸਕੇ, ਉਸ ਤੋਂ ਬਾਅਦ ਵੀ ਲੋਕ ਖੇਤੀ 'ਚ ਨਹੀਂ ਰਹਿ ਰਹੇ। ਹਾਂਜੀ ਪ੍ਰੋਫੈਸਰ ਸਾਹਿਬ, ਮੇਰਾ ਮਤਲਬ ਕਿ ਜੇ ਏਡੀਆਂ ਵੱਡੀਆਂ ਕਾਰਪੋਰੇਸ਼ਨ
इस खेती नूं प्रॉफिट दे उत्ते नहीं ले जा सकदियां, अपने बल उत्ते प्रॉफिटेबल नहीं बना सकदियां जी। तां तुहाडा की ख्याल है कि इत्थे दे जिहड़े लोक पहिलां ते तबाह होणगे, साडी बहुत वड्डी जनसंख्या पिंडां दे विच 135 करोड़ दी पापूलेशन आ, 60% पिंडां च बैठे आ, कईआं च ते 70-75% वी आ, कईआं च जी ਉਹ ਜਿਹੜੇ ਇੰਨੇ ਵੱਡੀ ਗਿਣਤੀ 'ਚ ਪਿੰਡਾਂ 'ਚ ਬੈਠੇ ਆ, ਉਹਨਾਂ ਨੂੰ ਪਖੜਾ ਦਿਓਗੇ ਕਿ ਸਮੁੰਦਰ 'ਚ ਸੁੱਟੋਗੇ ਕਿ ਭੁੱਖ ਨਾ ਮਾਰੋਗੇ, ਕਿਵੇਂ ਮਾਰਨਾ ਪਹਿਲਾਂ ਇਹ ਦੱਸੋ। ਕਾਰਨ ਇਹ ਆ, ਸ਼ਹਿਰਾਂ 'ਚ ਤਾਂ ਰੁਜ਼ਗਾਰ ਨਹੀਂ, ਸ਼ਹਿਰਾਂ 'ਚ ਕੰਮ ਨਹੀਂ, ਸ਼ਹਿਰਾਂ 'ਚ ਜਿਹੜੇ ਪਹਿਲਾਂ ਪਿੰਡਾਂ 'ਚੋਂ ਉੱਜੜ ਕੇ ਆਏ ਆ, ਨਾ ਉਹਨਾਂ ਨੂੰ ਰਹਿਣ ਲਈ ਜਗ੍ਹਾ, ਨਾ ਉਹਨਾਂ ਦੀ ਸਿਹਤ, ਸੂਰਾਂ ਨਾ, ਮੱਛਰਾਂ ਨਾ, ਮੱਖੀਆਂ ਨਾ, ਕੋਈ ਟੋਇਲਟ ਨਹੀਂ ਹੈਗੀ। ਉਹ ਘੁਲ ਰਹੇ ਆ, ਯੁੱਧ ਕਰ ਰਹੇ ਆ, ਜਾਣੀ ਕਿਉਂਕਿ ਮਰਿਆ ਨਹੀਂ ਜਾਂਦਾ, ਆਪ ਸੁਇਸਾਈਡ ਨਹੀਂ ਕਰਦੇ, ਇਸ ਕਰਕੇ ਉਹ ਜੀ ਰਹੇ ਇਹੋ ਜਿਹਾ ਜੀਵਨ, ਜਾਂ ਅਣਮਨੁੱਖਾ ਜੀਵਨ। ਸਲੇਵ ਸਿਸਟਮ ਨਾਲੋਂ ਜਿਹੜੇ ਗੁਲਾਮਦਾਰੀ ਸੀ ਉਹਦੇ ਨਾਲੋਂ ਵੀ ਬਦਤਰ ਜੀਵਨ ਆ ਉਹਨਾਂ ਦਾ, ਕਿਉਂਕਿ ਸਲੇਵ ਨੂੰ ਵੀ ਡੰਗਰਾਂ ਵਾਂਗੂ ਮਾੜਾ ਮੋਟਾ ਤੇ ਉਹਨਾਂ ਦੀ ਸਿਹਤ ਰੱਖਦੇ ਸੀ, ਕੋਈ ਮਾੜਾ ਮੋਟਾ ਤੇ ਉਹਨਾਂ ਨੂੰ ਦੇਖਭਾਲ ਕਰਦੇ ਸੀ। ਇੱਥੇ ਤੇ ਕੋਈ ਪੁੱਛਦਾ ਹੀ ਨਹੀਂ, ਮਾਰਕੀਟ ਦੇ ਵਿੱਚ ਜਿਹੜਾ ਮਰਦਾ ਮਰਨ ਦਿਓ, ਜਿਹੜਾ ਜਿੰਦਾ ਜਿੰਦਾ। ਇਹ ਹਾਲਤ ਕਰਤੀ, ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ, ਕੋਈ ਮਾਲਕ ਨਹੀਂ ਇਹਨਾਂ ਬੰਦਿਆਂ ਦਾ ਜੀ। ਇਸ ਲਈ ਮੈਂ ਕਹਿਣਾ ਇਹ ਚਾਹੁੰਦਾ ਕਿ ਉਹ ਸਿਸਟਮ ਜਿਹੜਾ ਵੈਸਟ ਦੇ ਵਿੱਚ ਫੇਲ ਹੋਇਆ, ਜਿਹੜਾ ਚੱਲਿਆ ਨਹੀਂ, ਅੱਜ ਦੀ ਤਰੀਕ ਦੇ ਵਿੱਚ ਵੀ ਜਦੋਂ ਇੰਨੀ ਵੱਡੀ ਸਬਸਿਡੀ ਉਹਨਾਂ ਨੂੰ ਕਦੀ ਐਂਬਰ ਬਾਕਸ, ਕਦੀ ਗ੍ਰੀਨ ਬਾਕਸ, ਕਦੀ ਕਿਸੇ ਦੇ ਨਾਂ ਤੇ ਦੇਣੀ ਪੈਂਦੀ ਹੈ, ਇੱਥੇ ਵੀ ਐਗਰੀਕਲਚਰ ਪ੍ਰੋਫਿਟੇਬਲ ਕਿਵੇਂ ਕਰ ਲੈਣਗੇ? ਚਾਹੀਦਾ ਇਹ ਹੈ ਕਿ ਤੁਸੀਂ ਜਿੰਨੇ ਵੀ ਸਮਾਲ ਮੀਡੀਅਮ, ਸਾਡੇ 86% ਜਿਹੜੇ ਫਾਰਮਰ ਆ ਉਹ 5 ਏਕੜ ਤੋਂ ਥੱਲੇ ਵਾਲੇ ਆ, ਉਹਨਾਂ ਸਾਰਿਆਂ ਦੇ ਵੱਡੇ ਵੱਡੇ ਕੋਆਪਰੇਟਿਵਸ ਬਣਾਉਣ, ਉਹਦੇ 'ਚ ਸਰਕਾਰ ਖੁਦ ਇਨਵੈਸਟਮੈਂਟ ਕਰੇ, ਗ੍ਰੀਨ ਹਾਊਸ, ਹੋਰ ਪੋਲੀ ਹਾਊਸ ਜੋ ਵੀ ਉਹਨਾਂ ਨੇ ਬਣਾਉਣੇ ਆ, ਕੈਪੀਟਲ ਇੰਟੈਂਸਿਵ ਐਗਰੀਕਲਚਰ ਕਰੇ, ਡ੍ਰਿਪ ਇਰੀਗੇਸ਼ਨ ਹੋਵੇ, ਪਾਣੀ ਕਿਵੇਂ ਬਚਾਉਣਾ ਉਹ ਸਾਰੀ ਟੈਕਨੋਲੋਜੀ ਉਹਨਾਂ ਨੂੰ ਦਿੱਤੀ ਜਾਵੇ। ਉਹ ਇੱਕ ਏਕੜ 'ਚੋਂ 5-7 ਬੰਦਿਆਂ ਦਾ ਪਰਿਵਾਰ ਆਰਾਮ ਨਾਲ ਆਪਣਾ ਢਿੱਡ ਪਾਲ ਸਕਦਾ, 4 ਪੈਸੇ ਬਣਾ ਕੇ ਚੰਗਾ ਜੀਵਨ, ਸਵੱਛ ਜੀਵਨ ਜੀ ਸਕਦਾ, ਜੀ ਸਕਦਾ। ਤੁਸੀਂ ਕਿਉਂ ਨਹੀਂ ਉੱਧਰ ਨੂੰ ਚੱਲਦੇ? ਵੀ ਤੁਸੀਂ ਮਦਦ ਕਰਨੀ ਹੈ ਕਿ ਲੋਕਾਂ ਨੂੰ ਉਜਾੜਨਾ? ਲੋਕਾਂ ਦੀ ਕੋਈ ਜ਼ਿੰਮੇਵਾਰੀ ਨਹੀਂ, ਉਹ ਸਾਰੇ ਲੋਕ ਇਸ ਦੇਸ਼ ਦੇ ਵਿੱਚ ਰਾਜਨੀਤਿਕ ਲੋਕਾਂ ਦੀ, ਦੇਸ਼ ਪ੍ਰਤੀ ਜਾਂ ਆਮ ਬੰਦੇ ਪ੍ਰਤੀ, ਆਮ ਸ਼ਹਿਰੀ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ। ਉਹ ਮਰਦਾ ਮਰੇ, ਬਿਮਾਰੀਆਂ ਨਾ ਮਰੇ, ਅਨਪੜ੍ਹ ਹੋ ਕੇ ਮਰੇ, ਭੁੱਖ ਨਾ ਮਰੇ, ਕੋਈ ਇਹਨਾਂ ਨੂੰ ਸਰੋਕਾਰ ਨਹੀਂ ਆ, ਸਿਰਫ਼ ਤੇ ਪੈਸਾ ਤੇ ਸੱਤਾ, ਪੈਸਾ ਤੇ ਸੱਤਾ, ਇਹ ਗੱਲਾਂ ਚੱਲ ਰਹੀਆਂ। ਇਸ ਲਈ ਇਸ ਨੇ ਫੇਲ ਕਰਤਾ ਇਹ ਸਾਰਾ ਸਿਸਟਮ। ਹੁਣ ਮੇਰੀ ਤਾਂ ਬੇਨਤੀ ਇਹੀ ਹੈ ਕਿ ਮੋਦੀ ਜੀ ਮਾੜਾ ਮੋਟਾ ਆਪਣਾ ਰੰਗਦਾਰ ਚਸ਼ਮਾ ਖੋਲ੍ਹ ਕੇ ਸਿੱਧੀ ਅੱਖ ਦੇ ਨਾਲ ਦੇਸ਼ ਵੱਲ ਵੇਖ ਲੈਣ, ਕਿਸਾਨਾਂ ਵੱਲ ਵੇਖ ਲੈਣ। ਜੇ ਕਾਹਦੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਹੈ, ਜੇ ਤੇ ਪੋਤਾ ਜੰਮਦਾ ਆ ਰਿਲਾਇੰਸ ਦੇ ਘਰ, ਛਾਲ ਮਾਰ ਕੇ ਜਹਾਜ਼ ਲੈ ਕੇ ਸਪੈਸ਼ਲ ਉਹਨੂੰ ਵਧਾਈ ਦੇਣ ਜਾਂਦੇ ਆ, ਤੇ ਜੇ 300 ਲੋਕ ਸ਼ਹੀਦ ਹੋ ਗਏ ਬਾਰਡਰ ਦੇ ਉੱਤੇ, ਮੂੰਹ ਟੁੱਟ ਜਾਏ, ਪਾਰਲੀਮੈਂਟ 'ਚ ਇੱਕ ਸ਼ਬਦ ਨਹੀਂ ਬੋਲਦੇ। ਇਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਹੈ, ਇਹ ਕਾਰਪੋਰੇਟਾਂ ਦੇ ਪ੍ਰਧਾਨ ਮੰਤਰੀ ਹੈ ਜੀ। ਤੁਸੀਂ ਮੈਨੂੰ ਦੱਸੋ ਕਿ ਕਿਵੇਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਸਕਦੇ ਆ? ਵੋਟਾਂ ਦੀ, ਵੋਟਾਂ ਬਟੋਰਨ ਦੇ ਨਾਲ, ਗੁੰਡਾਗਰਦੀ ਨਾਲ ਵੋਟਾਂ ਪਾਉਣ ਨਾਲ, ਜਾਂ EVM ਦੇ ਨਾਲ ਵੋਟਾਂ ਪਾਉਣ ਦੇ ਨਾਲ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਓਗੇ? ਇਹ ਸਾਡੇ ਦੇਸ਼ 'ਚ ਜੋ ਕੁਝ ਹੋ ਰਿਹਾ ਇਹ ਬੜਾ ਖਤਰਨਾਕ ਹੋ ਰਿਹਾ। ਦੇਸ਼ ਗਹਿਰੇ ਸੰਕਟ ਵਿੱਚੋਂ ਲੰਘ ਰਿਹਾ, ਉਹ ਪਹਿਲਾਂ ਹੀ ਲੰਘ ਰਿਹਾ ਸੀ, ਤੇ ਆਹ 3 ਕਾਨੂੰਨ ਲਿਆ ਕੇ ਇਹਨਾਂ ਨੇ ਹੋਰ ਪੱਠਾ ਬਿਠਾ ਲਿਆ ਉਸ ਚੀਜ਼ ਨੂੰ, ਜਿਹੜਾ ਪਹਿਲਾਂ ਹੀ ਸੰਕਟ ਸੀ ਉਹਨੂੰ ਗਹਿਰਾ ਵੀ ਕੀਤਾ ਤੇ ਤਿੱਖਾ ਵੀ, ਤੇਜ਼ ਵੀ ਕਰਤਾ, ਉਹਦੀ ਗਤੀ ਵਧਾ ਦਿੱਤੀ ਹੈ। ਜੇ ਮੋਦੀ ਜੀ ਨੇ ਆਪਣੀ ਅਕਲ ਨਾ ਵਰਤੀ, ਦੇਸ਼ ਦੇ ਹਿੱਤ 'ਚ ਨਾ ਵਰਤੀ, ਸੰਵਿਧਾਨ ਦੀ ਜਿਹੜੀ ਸਾਰੀ ਪ੍ਰੋਵੀਜ਼ਨ ਆ ਉਹਦੇ ਮੁਤਾਬਕ ਦੇਸ਼ ਨੂੰ ਚਲਾਉਣ ਦੀ ਕੋਸ਼ਿਸ਼ ਨਾ ਕੀਤੀ, ਦੇਸ਼ ਸਿਵਲ ਵਾਰ ਵੱਲ ਵੱਧ ਰਿਹਾ, ਦੇਸ਼ ਖਾਨਾ ਜੰਗੀ ਵੱਲ ਵੱਧ ਰਿਹਾ, ਬਹੁਤ ਖਤਰਨਾਕ ਹਾਲਾਤ ਹੈਗੇ ਆ। ਤੁਸੀਂ ਉਹ ਜਿਹੜੇ ਕਿਸਾਨ ਬੈਠ ਗਏ ਉੱਥੇ ਜਾ ਕੇ ਹਜ਼ਾਰਾਂ ਦੀ ਗਿਣਤੀ 'ਚ, ਪਿੱਛੇ ਉਹਨਾਂ ਦੇ ਆਉਣ ਲਈ ਜਗ੍ਹਾ ਹੀ ਨਹੀਂ, ਆ ਜਾਣਗੇ ਘਰਾਂ 'ਚ, ਆ ਜਾਣਗੇ ਕੀ ਕਰਨਗੇ? ਫਿਰ ਉੱਥੇ ਹੀ ਜਾਣਗੇ, ਫਿਰ ਅੱਗੇ ਹੀ ਵਧਣਗੇ। ਉਹਨਾਂ ਲਈ ਸਵਾਏ ਅੱਗੇ ਵਧਣ ਤੋਂ ਪਿੱਛੇ ਮੁੜਨ ਦੀ ਜਗ੍ਹਾ ਨਹੀਂ ਬਚੀ, ਕਿਉਂਕਿ ਪਿੱਛੇ ਜਿਹੜੀਆਂ ਜ਼ਮੀਨਾਂ ਉਹ ਉਹਨਾਂ ਨੂੰ ਆਪਣੀਆਂ ਨਹੀਂ ਨਜ਼ਰ ਆ ਰਹੀਆਂ, ਉਹ ਘਰ ਬਾਹਰ ਜਾਇਦਾਦ ਪਿੰਡ ਆਪਣੇ ਨਜ਼ਰ ਨਹੀਂ ਆ ਰਹੇ, ਕਿਉਂਕਿ ਆਪਣਿਆਂ ਨੇ ਹੀ, ਆਪਣੇ ਕਾਰਪੋਰੇਟਾਂ ਨੇ, ਹੋਮ ਬ੍ਰੈਡ ਗੁਜਰਾਤੀ ਕਾਰਪੋਰੇਟਾਂ ਨੇ, ਇਹ 4 ਬੰਦੇ ਗੁਜਰਾਤੀ ਆ ਜਿਨ੍ਹਾਂ ਨੇ ਸਾਰਾ ਆਪਣੀ ਜੇਬ ਦੇ ਵਿੱਚ, ਮੈਂ ਗੁਜਰਾਤੀਆਂ ਦੇ ਵਿਰੁੱਧ ਨਹੀਂ ਹੈ, ਪਰ ਇਹ ਬੰਦੇ ਤੇ ਮੈਟਰ ਆਫ ਫੈਕਟ ਹੀ ਆ ਨਾ। ਅਮਿਤ ਸ਼ਾਹ, ਮੋਦੀ, ਅਡਾਨੀ, ਅਬਾਨੀ ਦੋ ਪੋਲੀਟਿਕਸ 'ਚ ਆ ਗਏ ਤੇ ਦੋ ਆ ਗਏ ਉੱਧਰ ਕਾਰਪੋਰੇਟ ਜਗਤ ਦੇ ਵਿੱਚ, ਚੌਵਾਂ ਬੰਦਿਆਂ ਨੇ ਸਾਰੇ ਦੇਸ਼ ਦੀ ਗੁੱਡੀ ਘੁਮਾਈ ਪਈ ਹੈ। ਇੰਨਾ ਕੇਂਦਰੀਕਰਨ ਅਰਥ ਵਿਵਸਥਾ ਦਾ, ਇੰਨਾ ਕੇਂਦਰੀਕਰਨ ਰਾਜਨੀਤਿਕ ਸੱਤਾ ਦਾ, ਇੰਨਾ ਕੇਂਦਰੀਕਰਨ ਡਿਫੈਂਸ ਫੋਰਸਿਸ ਦਾ, ਤਿੰਨਾਂ ਫੋਰਸਿਸ ਨੂੰ ਇਕੱਠਾ ਕਰਕੇ ਇੱਕ ਉਹਨਾਂ ਦਾ ਬਿਪਿਨ ਰਾਵਤ ਨੂੰ ਹੈੱਡ ਲਾ ਦਿੱਤਾ ਆ,
ਜਿਹਨੂੰ ਸੀ ਡੀ ਐਸ ਕਹਿੰਦੇ ਆ ਉਹ ਲਾ ਦਿੱਤਾ ਆ, ਚੀਫ ਆਫ ਡਿਫੈਂਸ ਸਟਾਫ ਬਣਾ ਦਿੱਤਾ ਉਹਨਾਂ ਨੂੰ ਸੀ ਡੀ ਐਸ ਉੱਥੋਂ, ਤਾਂ ਕਿ ਉਹਦਾ ਵੀ ਕੇਂਦਰੀਕਰਨ ਕਰਤਾ। ਇਸੇ ਤਰੀਕੇ ਨਾਲ ਇਲੈਕਸ਼ਨ ਕਮਿਸ਼ਨ 'ਚ ਤੁਸੀਂ ਉਹਦੀ ਉਹਨੂੰ ਇੰਨਾ ਡਰਾਇਆ ਧਮਕਾਇਆ ਕਿ ਜੋ ਇਹ ਕਹਿੰਦੇ ਆ ਉਹੋ ਜਿਹਾ ਚੱਲਦਾ, ਕੋਰਟਾਂ ਨੂੰ ਇੰਨਾ ਡਰਾ ਧਮਕਾ ਦਿੱਤਾ। ਇਹ ਦੇਸ਼ ਦੇ ਵਿੱਚ ਇੰਨਾ ਕੇਂਦਰੀਕਰਨ ਜਿਹੜਾ ਕਿਵੇਂ ਚੱਲੂਗਾ, ਲੋਕਤੰਤਰ ਕਿਵੇਂ ਚੱਲੂਗਾ, ਲੋਕਾਂ ਦੇ ਹਿੱਤ ਦੀ ਗੱਲ ਕਿੱਥੋਂ ਚੱਲੂਗੀ। ਹਾਲਤ ਇਹ ਬਣ ਗਈ ਹੈ ਕਿ ਆਪਣੀ ਹੀ ਕੈਬਨਿਟ ਐਨਡੀਏ ਦੀ ਕੋਈ ਕਿਸੇ ਦੀ ਕੀ ਜ਼ਰੂਰਤ ਹੈ ਕਿ ਮੋਦੀ ਨੂੰ ਕਹਿ ਦੇ ਕਿ ਆ ਤੂੰ ਗਲਤ ਆ, ਉਹਨੇ ਮਰਨਾ। ਜਾਣੀ ਇੰਨਾ ਕੇਂਦਰੀਕਰਨ ਅਤੇ ਤਾਨਾਸ਼ਾਹ ਮਾਇੰਡ ਸੈੱਟ ਹੋ ਗਿਆ ਕਿ ਇਹ ਦੇਸ਼ ਨੂੰ ਚਲਾਉਣਾ ਲੰਬੇ ਦੌਰ 'ਚ ਬਹੁਤ ਔਖਾ ਹੋ ਗਿਆ। ਅਤੇ ਅਸੀਂ ਤਾਂ ਬੜੇ ਕਦੀ ਕਦੀ ਇਸ ਗੱਲ ਦੇ ਵਿੱਚ ਨਿਰਾਸ਼ ਵੀ ਹੁੰਦੇ ਹਾਂ, ਪਰ ਨਿਰਾਸ਼ ਕਰਕੇ ਬੈਠਣ 'ਚ ਕੋਈ ਫਾਇਦਾ ਨਹੀਂ ਹੈ। ਲੜਨ 'ਚ ਹੀ ਫਾਇਦਾ, ਮੈਦਾਨੇ ਜੰਗ ਦੇ ਵਿੱਚ ਮਰਨਾ ਫਿਰ ਵੀ ਘਰ ਬੈਠ ਕੇ ਮਰਨ ਨਾਲੋਂ ਜ਼ਿਆਦਾ ਚੰਗਾ। ਹਾਂਜੀ ਹਾਂਜੀ ਪ੍ਰੋਫੈਸਰ ਸਾਹਿਬ, ਆਪਾਂ ਨਾ ਇੱਕ ਬ੍ਰੇਕ ਲਈ ਰੁਕਦੇ ਹਾਂ, ਪਰ ਉਸ ਤੋਂ ਬਾਅਦ ਆਪਾਂ ਚੱਲਾਂਗੇ ਵੀ ਜੋ ਭਾਣਾ ਵਰਤਿਆ ਵਾਪਰਿਆ ਮਲੋਟ ਦੇ ਵਿੱਚ ਅਤੇ ਉਹਦੀ ਅਸੀਂ ਨਿਖੇਧੀ ਕਰਦੇ ਹਾਂ, ਠੀਕ ਹੈ? ਅਤੇ ਉਸ ਤੋਂ ਬਾਅਦ ਗਾਂ 2022 'ਤੇ ਵੀ ਕਰਾਂਗੇ। ਅਤੇ ਬਸ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਅਤੇ ਇੱਦਾਂ ਹੀ ਬਣੇ ਰਹੋ ਦਰਸ਼ਕੋ, ਆਪਾਂ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ, ਤੁਸੀਂ ਬਣੇ ਰਹੋ ਇਸੇ ਤਰ੍ਹਾਂ ਜਸ ਪੰਜਾਬੀ 'ਤੇ। ਅਤੇ ਅਗਲੇ ਕੁਐਸਚਨ ਜਿਹੜੇ ਤੁਹਾਡੇ ਮਨਾਂ 'ਚ ਹੈ ਕਾਲ ਕਰਕੇ ਤੁਸੀਂ ਪੁੱਛ ਸਕਦੇ, ਬਣੇ ਰਹੋ ਜਸ ਪੰਜਾਬੀ 'ਤੇ। ਪ੍ਰੋਫੈਸਰ ਸਾਹਿਬ, ਜੋ ਭਾਣਾ ਵਰਤਿਆ, ਦੇਖੋ ਵਿਰੋਧ ਕਰਨਾ ਹਰੇਕ ਦਾ ਹੱਕ ਆ, ਪ੍ਰੋਟੈਸਟ ਕਰਨਾ ਹਰੇਕ ਦਾ ਹੱਕ ਆ, ਪਰ ਉਹ ਦਾਇਰੇ ਹੁੰਦੇ ਆ। ਅਸੀਂ ਕੰਡੈਮਡ ਕਰਦੇ ਵੀ ਆਪਾਂ ਕੋਈ ਕਿਸੇ ਤੁਰੇ ਜਾਂਦੇ ਆਮ ਬੰਦੇ ਦੇ ਕੱਪੜੇ ਉਤਾਰ ਦਈਏ ਕਿਉਂਕਿ ਸਾਡੇ ਵਿਚਾਰਿਕ ਮਤਭੇਦ ਨੇ, ਜਾਂ ਫਿਰ ਕੋਈ ਚੁਣੇ ਹੋਏ ਨੁਮਾਇੰਦੇ ਦੇ ਕਿਸੇ ਵੀ ਬੰਦੇ ਦੀ, ਜੋ ਹੋਇਆ ਉਹ ਮੰਦਭਾਗਾ ਆ, ਪਰ ਉਹ ਤੁਹਾਨੂੰ ਨਹੀਂ ਲੱਗਦਾ ਕਿ ਇਹ ਜੋ ਕੁਛ ਵੀ ਹੋਇਆ ਉਹ ਜਿਹੜਾ ਕਿਸਾਨਾਂ ਦਾ ਜਾਂ ਮਜ਼ਦੂਰਾਂ ਦਾ ਜਿਹੜਾ ਗੁੱਸਾ ਜਿਹੜਾ ਬਿਲਡ ਹੋ ਰਿਹਾ ਦਿਨ ਪਰ ਦਿਨ, ਉਹ ਉੱਤੇ ਕੋਈ ਪ੍ਰੋਬਲਮ ਉਹ ਚੀਜ਼ ਦਾ ਉਹ ਰਿਜ਼ਲਟ ਨਿਕਲ ਕੇ ਬਾਹਰ ਆ ਰਿਹਾ? ਬਾਕੀ ਦਾ ਕਾ ਆਪਾਂ ਕੁਐਸਚਨ ਬਾਅਦ 'ਚ ਕਰਦੇ ਹਾਂ ਜੀ। ਦੇਖੋ ਤੁਸੀਂ ਆਪ ਹੀ ਆਪਣੇ ਸਵਾਲ ਦਾ ਜਵਾਬ ਵੀ ਦੇ ਦਿੱਤਾ। ਜੇ ਤੁਸੀਂ ਨੋਰਮਲ ਹਾਲਾਤਾਂ 'ਚ ਕੋਈ ਵੀ ਇਹੋ ਜਿਹੀ ਚੀਜ਼ ਹੋਵੇ, ਆਪਾਂ ਸਾਰੇ ਉਹਨੂੰ ਕੰਡੈਮ ਕਰਦੇ ਹਾਂ, ਮੈਂ ਵੀ ਕਰਦਾ, ਸੰਯੁਕਤ ਕਿਸਾਨ ਮੋਰਚੇ ਨੇ ਵੀ ਕੀਤਾ, ਸਾਰੀਆਂ ਪਾਰਟੀਆਂ ਨੇ ਕੀਤਾ, ਹਰ ਸੀਨੀਅਰ ਬੰਦਾ ਇਹੋ ਜਿਹੀ ਚੀਜ਼ ਨੂੰ ਜਿਹੜੀ ਸਾਡੇ ਨਾ ਪੰਜਾਬੀਆਂ ਨੂੰ ਨਾ ਸਿੱਖਾਂ ਨੂੰ ਨਾ ਕਿਸਾਨਾਂ ਨੂੰ ਸ਼ੋਭਾ ਦਿੰਦੀ ਆ, ਉਹਨਾਂ ਦੀ ਇੱਜ਼ਤ ਨਹੀਂ ਵਧਾਉਂਦੀ, ਉਹ ਨਹੀਂ ਕਰਨੀ ਚਾਹੀਦੀ ਪਹਿਲੀ ਗੱਲ। ਪਰ ਮੈਂ ਤੁਹਾਨੂੰ ਗਰਾਊਂਡ ਦੀ ਹਾਲਾਤ ਦੱਸ ਰਿਹਾ, ਹਾਲਾਤ ਵਿਸਫੋਟਕ ਬਣਦੇ ਜਾ ਰਹੇ ਆ ਜੀ। ਦੇਸ਼ ਦੇ ਅੰਦਰ ਜਿਹੜੀ ਰੂਲਿੰਗ ਪਾਰਟੀ ਆ ਸੈਂਟਰ ਦੇ ਵਿੱਚ ਕੇਂਦਰੀ ਸਰਕਾਰ ਦੇ ਵਿੱਚ, ਉਹਨਾਂ ਵੱਲੋਂ ਯਾਨੀ ਬੀਜੇਪੀ ਵੱਲੋਂ ਅਤੇ ਉਹਨਾਂ ਦੇ ਬੈਕ ਬਾਈ RSS ਲਗਾਤਾਰ ਦੇਸ਼ ਦੇ ਅੰਦਰ ਧਰੁਵੀਕਰਨ ਕੀਤਾ ਜਾ ਰਿਹਾ। ਇਸ ਮਾਮਲੇ ਦੇ ਵਿੱਚ ਵੀ ਤੁਸੀਂ ਹੈਰਾਨ ਹੋਵੋਗੇ ਕਿ ਜਦੋਂ MLA ਸਾਹਿਬ ਦੇ ਇਹ ਨਿਰਵਸਤਰ ਕੀਤਾ ਜਾਂ ਉਹਦੇ 'ਤੇ ਹਮਲਾ ਕੀਤਾ, ਸ਼ਾਹੀ ਪਾਈ ਜੇ ਉਹ ਜੋ ਵੀ ਹੋਇਆ, ਉਹ ਦੁਰਭਾਗਿਆ ਅਤੇ ਅਸੀਂ ਕੰਡੈਮ ਤਾਂ ਕਰ ਹੀ ਰਹੇ ਹਾਂ ਜੀ। ਪਰ ਉਸਦਾ ਜਿਹੜੇ ਇਹਨਾਂ ਦੇ ਆਪਣੇ ਬੁਲਾਰੇ, ਖਾਸ ਕਰ ਜਿਸ ਤਰ੍ਹਾਂ ਦੀਵਾਨ ਅਮਿਤ ਅਰੋੜਾ, ਉਹਨਾਂ ਨੇ ਬਿਆਨ TV 'ਤੇ ਆ ਕੇ ਇਸੇ ਹੀ ਜਸ ਪੰਜਾਬੀ ਦੇ ਵਿੱਚ ਬਿਆਨ ਦਿੱਤਾ ਉਹਨਾਂ ਨੇ ਆ ਕੇ ਕਿ ਦੇਖੋ ਜੀ ਅਰੋੜਾ ਬਰਾਦਰੀ ਇਹਨਾਂ ਨੂੰ ਹੁਣ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਬਕ ਸਿਖਾਊਗੀ। ਅਰੋੜਿਆਂ ਨੇ 50% ਅਬੋਹਰ 'ਚ ਅਰੋੜੇ ਹੈਗੇ ਆ, ਉਹਦੇ 'ਚ ਇਹਨਾਂ ਨੇ ਆ ਕੇ ਅਤੇ 50% ਜਿਹੜੇ ਆ ਉਹ ਤਾਂ ਨਿਰਾਸ਼ ਕਰ ਲਏ ਆ। ਪੰਜਾਬ ਦੇ ਅੰਦਰ ਵੀ ਆਪਣੇ ਵੱਲੋਂ ਪਤਾ ਨਹੀਂ ਕਿੱਥੋਂ ਪਰਸੈਂਟੇਜ ਕੱਢ ਲਈ, 20% ਅਰੋੜੇ ਆ, ਉਹਦੇ 'ਚ ਸਿੱਖ ਵੀ ਆ ਅਤੇ ਹਿੰਦੂ ਵੀ ਆ। ਉਹਨਾਂ ਸਾਰਿਆਂ ਫੈਸਲਾ ਕੀਤਾ ਕਿ ਅਸੀਂ ਇਹ ਸਾਡੇ ਦੇ ਉੱਤੇ ਹਮਲਾ, ਨਾਲ ਇੱਥੇ ਨਹੀਂ ਟਿਕੇ ਉਹ। ਦੂਜੇ ਪਾਸੇ ਗੱਲ ਜੋੜਤੀ ਕਿ ਜਿਹੜਾ ਸੋਮ ਪ੍ਰਕਾਸ਼ ਜਿਹੜੇ ਕਿ ਸੈਂਟਰ ਦੇ ਕੇਂਦਰੀ ਮਿਨਿਸਟਰ ਹੈਗੇ ਆ BJP ਦੇ, ਜਿਹੜੇ ਲਗਾਤਾਰ ਨੈਗੋਸੀਏਸ਼ਨ 'ਚ ਕਿਸਾਨਾਂ ਨਾਲ ਬੈਠਦੇ, ਜਦੋਂ ਉਹਨਾਂ ਦਾ ਘਰਾਓ ਕੀਤਾ, ਇਹ ਕਹਿੰਦੇ ਜੀ ਦਲਿਤਾਂ ਦਾ ਘਰਾਓ ਕੀਤਾ, ਦਲਿਤਾਂ 'ਤੇ ਹਮਲਾ ਕੀਤਾ। ਜਾਣੀ ਹਰ ਛੋਟੀ ਤੋਂ ਛੋਟੀ ਗੱਲ ਨੂੰ ਕਮਿਊਨਲ ਜਾਤੀਗਤ ਜਾਂ ਧਾਰਮਿਕ ਰੰਗਤ ਦਿੱਤਿਆਂ ਬਗੈਰ ਇਹਨਾਂ ਦੇ ਜਿਹੜੀ ਆ ਸ਼ਾਮ ਨੂੰ ਰੋਟੀ ਹਜ਼ਮ ਨਹੀਂ ਹੁੰਦੀ। ਇਹੋ ਹੀ ਮੋਦੀ ਜੀ ਕਰਦੇ ਆ, ਇਹੋ ਹੀ ਅਮਿਤ ਸ਼ਾਹ ਕਰਦੇ ਆ, ਇਹੋ ਦੇਸ਼ ਦੇ ਅੰਦਰ ਹੋ ਰਿਹਾ। ਜੇ ਇਹ ਕੁਛ ਹੋ ਰਿਹਾ ਤੇ ਆਪਾਂ ਪਾਕਿਸਤਾਨ ਭੁੱਲ ਗਏ ਹਾਂ, ਔਰ ਜਦੋਂ ਬੰਗਲਾਦੇਸ਼ ਜਾਣੀ ਬੰਗਾਲ ਦੀ ਡਿਵੀਜ਼ਨ ਹੋਈ ਉਹ ਆਪਾਂ ਭੁੱਲ ਗਏ ਹਾਂ, ਉੱਧਰ ਤੇ ਵੱਢ ਟੁੱਕ ਨਹੀਂ ਹੋਈ। ਪਰ ਜੋ ਸਾਡੇ ਜਿੰਨੇ ਲੋਕ ਗੱਡੀਆਂ ਦੀਆਂ ਗੱਡੀਆਂ ਵੱਢ ਕੇ ਆਉਂਦੇ ਸੀ ਤੇ ਇੱਧਰੋਂ ਜਾਂਦੇ ਸੀ, ਉਹ ਆਪਾਂ ਇੰਨਾ ਖੂਨ ਦੀਆਂ ਨਦੀਆਂ ਭੁੱਲ ਗਏ ਹਾਂ ਜੀ। ਉਹੋ ਜਿਹਾ ਮਾਹੌਲ ਦੇਸ਼ ਦੇ ਅੰਦਰ, ਇੱਕ ਨਫ਼ਰਤ ਵਾਲਾ ਮਾਹੌਲ, ਇੱਕ ਭੈ ਵਾਲਾ, ਇਹ ਦੁਬਾਰਾ ਖੜਾ ਕੀਤਾ ਜਾ ਰਿਹਾ ਤਾਂ ਕਿ ਕਾਂਸਟੀਟਿਊਸ਼ਨ ਨੂੰ ਇੱਕ ਪਾਸੇ ਸੁੱਟ ਕੇ, ਸੰਵਿਧਾਨ ਨੂੰ ਜਿਹੜਾ ਇੱਕ ਅਸੀਂ ਆਜ਼ਾਦ ਭਾਰਤ ਵਿੱਚ ਇੱਕ ਕਾਂਸਟੀਟਿਊਂਟ ਅਸੈਂਬਲੀ 'ਚ 2-3 ਸਾਲ ਲਾ ਕੇ ਕਾਂਸਟੀਟਿਊਸ਼ਨ ਆਪਣੇ ਆਪ ਲਈ ਦਿੱਤਾ,
उस नूं एक पासे रख के हिंदू राष्ट्र के रूल मनु मनुस्मृति दोबारा लागू कर दिया तैयार ना हो जी। उन्हां दे मन च आ कि हुण असीं कम वट वे असीं सत्ता नहीं छड्डनी, जानी इहदा मतलब आ कि जिन्नियां भी वोटां वटां पैणगियां वह खाना पूर्ती है, जे ते जित गए तो वाह वाह भली, नहीं तो ना जितते तो फिर खरीद लैणगे। किन्नियां सरकारां तोड़दे आ पांडुचेरी दी, हुणे सरकार मध्य प्रदेश ये हालात देश के अंदर बनाते इन्हों ने कि देश को कट्ठे रखना मुश्किल हो गया। देश पहला ही संकट के उन्होंने ये समझाया जाता कि जो ताडा कोई संकट है, आर्थिक संकट है, लोगों को कहा जाता जो बेरोजगारी है सेहत सेवावां की कमी है जां पढ़ाई इत्थे दी बहुत कमजोर, इंस्टीट्यूशन अदारे असी कमजोर करते, टीचर नहीं भर्ती करते, होर सहूलत नहीं देंगे, तो इहदा कारण जातां है, इहदा कारण धर्म है, इहदा कारण मुसलमान है, इहदा कारण सिख होणगे, ईसाई होणगे, जिहड़े सानू तरक्की नहीं करदे। उस पासे नू सारी जिहड़ी फिरकी कमाई जा रही है, और मैनू बड़ा ही अफसोस ना कहना पैंदा कि सानू यह जिहड़ी जंग किसानां दी दिख रही है, इंज समझो कि उन्होंने असल जो वड्डी लड़ाई दी अपने घर के अपनियां मंगां नू लैके वह शुरुआत करती है, उहदी बुनियाद पाती है जी। सानू जिहड़ी लार्जर लड़ाई है जिहदे विच पब्लिक सैक्टर ते बहुत वड्डी गिणती दे विच कर्मचारी है, वो पहला भी LIC वाले हड़ताल कर चुके आ, दो दिन 10 लाख मजदूरों ने जिहड़े इंप्लाई हैगे आ बैंकां दे, उन्होंने अपनी पे कटवा के दो दिन कहिंदे सानू कोई परवाह नहीं है, साडी महीने दी भी कट्टी जाए, सानू ते सड़कां ते सुट्टण वाले आ जी। उन्होंने भी 10 लाख ने हड़ताल कीती है, पब्लिक सैक्टर के वर्करां दे उत्ते भी हमला किया, 44 कानून गुरलाल जी तोड़ के 4 लेबर कोड बनाते, कारपोरेटा के हक किसी नूं नहीं पुछया, 20 सितंबर नूं यह कानून पास किए, 22 उन्हां दे करता, जाने दुनी देश के अंदर ये तो जिस तरह कोई डैन डैन जी आदम खानी डैन होंगी है उस किस्म की सरकार, सानू बड़ा ही एक खौफनाक जिहा माहौल सी नहीं जो इत्थे लग रहा। मैं तुहानू कोई वधा चढ़ा के नहीं गल कर रहा, जे नहीं कोई देखना चाहुंदे तां ना देखो, पर मैनू ये सीन बड़ा साफ साफ नजर आ रहा, नहीं तो तुसीं मैनू एक पहली छोटी गल आ बड़ी साफ गल आ, साडे देश का प्रधानमंत्री होवे जां प्रैजीडेंट होवे, इन्ने साल दे उत्थे इन्ने महीनों के उत्थे किसान इन्नी त्रासदी दे विच बैठे, और उन्होंने हक च एक स्टेटमेंट देश का हैड देवे ना, उल्टा ये कहे कि नहीं जी अज भी कह रहे हैं, अज भी यह लगातार रट लाई हुई है कि इन्होंने कानूनों बगैर ताकि इनकम दुगनी नहीं हो सकती, तू कि अकल आ सू पता, सू वोटा पाइया हूँ सू पता हक च की आता फायदा की आता भविख का हाथों की है, कि अकल वाला आ गया चाह वेखता वेखता बी जो किसानों नो ज्यादा अकल अकलमंद हो गया, मैनू तो शक हों कि इन्हें चाह भी कभी बेची हो झूठ बोलता, क्योंकि जो चाह बेची हो गरीब का दर्द तो सीने च हो, 56 इंच के सीने के पत्थर का दे गया, कोई देश प्रति किसी किस्म की संवेदनशीलता नहीं है, लोगों प्रति संवेदनशीलता है, लोगों के लीडर अपने आप को कहते हैं इंज ना करो, तुम गोदरा वाली खोपड़िया से डांस करते नचते नचते दिल्ली पहुँच गए, और दिल्ली के सारे देश को तबाह करता जरा समगरी इकट्ठी की है, ये बंद करो, ये देश उन्होंने सारे बछिंदा का जिन्होंने कुरबानियां देकर अंग्रेजों को आजाद करवाया इस देश में, तुम किया दसो, तुम अंग्रेजों के नाल रले हुए थे, उन्होंने जिहड़े बंदे माफिया मंग के जेलों चो आते सैलूलर जेल चो भी उन्होंने वीर कहते हैं, वीर स्वार्थक कहते हैं, योधा स्वार्थक कहते हैं, ये तो इन्होंने योधे आ कायरबंदियों ये वीर कहते हैं, वो नाल रल के तुम सारा देश का किया। मेरा इन्ना ही कहना वीर जी गुरलाल जी ताडे सारे बंदे सुन रहे होणगे कि देश नूं जिथे धक्क दिता और धक्की जा रहे आ उसनों रोकण वाला पहला कदम इनकलाबी कदम बहुत ही वधिया ढंग नाल वो किसानों ने लिया, 3 कानून ते काले वापस होने ही करवाने ही आ, हर हाल सारे नूं मिल के करवाने चाहिए आ, पर देश दे लोकतंत्र नूं संविधान नूं किवें बचाउणा, आम जनता नूं किवें इन्हां दे खलवाड़ होण तों बचाउणा, ये साडी सारिआं दी जिम्मेवारी जी। जी प्रोफेसर साहब तुसीं बहुत सोहणा बड़ी क्लीयर पिक्चर कीती है, NRI बैल्ट सारे इस वेले देखदे हैं, तो अपने को 3-4 मिनट ही रह गए, तो अखीर च मैं दोबारा पंजाब ते आना जी, 2022 ज़्यादा दूर नहीं रह गया, बरूहां ते हैं, जो बाहरले जिहड़े बाहर बैठे है शुभ चिंतक पंजाब दे, वो चाहते हैं कि तुहाडे वर्गे बंदे नवजोत सिंह सिद्धू, सुखपाल सिंह खैरा, धर्मवीर गांधी, ये बंदे इकट्ठे हो के कोई इकट्ठी कोई पार्टी बना के
कोई अगे हमला मारन तां जो पंजाब दा भला हो सके किसी ना किस तरह कितने पॉसिबल हैगा नहीं तो जो आम आदमी पार्टी आ देखो इस टाइम जो अकाली दल की सिचुएशन है वह भी कोई ज़्यादा पैर धरावे वाली लग नहीं रही बीजेपी की भी नहीं लग रही गल फिर आ जानी कि जिदा तुसी पहला मैनशन किया ना चाहते हुए भी कांग्रेस नू कांग्रेस ने द्वारा आ जाना तो वो जोड़े चार साल का कार्यकाल है वह भी थोड़े सामने है कुछ किसी को कुछ बैटर होगा किसी को कुछ घट होगा तो तुहानू लगता कि यह सारा जो तुसी सारा ग्रुप इकट्ठा होकर अगे वधो तो कुछ ना कुछ प्राप्ति हो सकती धरातल दी सच्चाई ये है कि ये जिन्ने लीडर साडे कोल बैंस ब्रदर्स है खैरा है धर्मवीर गांधी साडे बहुत मित्र प्यारे मित्र हैगे आ तुसी सिद्धू साहब का भी नाम लिया नवजोत सिंह सिद्धू ये अपने आप से सारे हीरे हैगे आ पर जे इन्हां नूं इकट्ठे कर दो तो फिर बड़ा मुश्किल है ना तो वो एक पार्टी च जाण जी ना वो फ्रंट बना के यानी एक सारता जां इन्हां नालों किसान मैं भी उन्हां च शामिल कह लो मैनू भी मैं भी कोई बहुता अपने आप बाहर नहीं रखता तुसीं इंज ना समझो कि मैं ज्यादा सियाणा समझदा नहीं 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 ठीक है तुसीं असीं अपने आप च बड़े चंगे आ बड़े ठीक हैगे आ पर जिहड़ा एक पार्टी दे डिसिप्लिन दे जां एक ग्रुप दे डिसिप्लिन च रह के काम करना एक सुरता करके करना एक सार ते अपने लार्जर जिहड़े टारगेट आ उन्हां दे मद्देनजर अपनियां जिहड़ियां ईगोस हैगियां जां साडी होम है उहनूं साबदियूं करके रखना वह बड़ा अति जरूरी है पर इत्थे वह बड़ा मुश्किल हैगा मैं नेड़ियों सारे कल्ले कल्ले दे नेड़े भी हुन्ना मैं किसी की परसना नहीं करना चाहता देखो नवजोत सिंह सिद्धू बड़े ही पापूलर बंदे है जानी अच्छ समझ लो कि वोटा का पहाड़ है उन्होंने इनिया वोटा के जानी वोटा का पहाड़ बन सकता हर कोई चाहता अब बी एस पी ने भी कहता मेरे न आज साढ़े च आ जाओ जे तुम कांग्रेस नहीं लीजिए नवजोत सिंह सिद्धू आम आदमी पार्टी बड़ी बारी कह चुकी है श्रोमणी अकाली दल टकसाली भी कह चुका बैंस भी कह चुके सारे कह चुके मेरे वाल आ मेरे वाल आ मेरे वो किसी वाल नहीं जाते उन्होंने देखो इन्ने वधिया पापूलर स्टार हीरो होने के बावजूद भी वो सलाह अपनी वाइफ नाल भी किसी गल की नहीं करती हूँ जे तुम कोई चेंज करनी है कोई ग्रुप बना कोआर्डीनेशन करनी तो वह तो फिर सारे का मिलजुल के होगा ना जी। अपनिया सारिया उंगतियां एक पासे रख के अपन एक ग्रुप के रूप के करना पेगा तो वो जे आप उ शामिल उ खुले दिल न खुलिया गल ही नहीं कर सकते फिर कि अल्टरनेटिव बनेंगे किमें लीडरशिप का रोल अदा कर पावे दिक्कत बहुत आ इस करके मैं अजे इस मौके के उ कुछ नहीं कहता कि होना चाहिदा तो की होगा पर इन्ना कु मैनूं जरूर है कि पंजाब अज दी घड़ी भी पिछलियां दसां सालां तो लगातार एक विकल्पिक चंगी पार्टी जां चंगी सोच दी उम्मीद च बैठा आ वो आने वाले समय च पता लग जूगा कोई ना कोई रस्ता जरूर निकलू इन्ना मैं जरूर कहना कि इत्थे देर जरूर आ अंधेर नहीं किसानां दियां आपां एक बारी युद्ध नूं जित लईए नवे रस्ते जरूर निकलणगे हाँ जी गुरनाथ हाँ जी प्रोफेसर साहब टाइम इजाजत नहीं दे रहा तुसी टाइम कढ़िया तुहाडा बहुत बहुत धन्यवाद अरदास करें परमात्मा तुहानू चढ़दी कला च रखण जी धन्यवाद तुहाडा प्रोफेसर साहब बहुत बहुत शुक्रिया जी तुहाडा भी धन्यवाद दर्शकों इस सन प्रोफेसर मनजीत सिंह जी बहुत सोहणे विचार रखे तो अज टाइम इजाजत नहीं दे रहा सानू तो अज का प्रोग्राम करीब करीब इतने तक ही सी आपके सुझाव सानू जरूर देंदे रहो अपना पूरा ख्याल रखियो मैनू गुरलाल नू दिओ इजाजत मेरे वालों प्यार भरी सत श्री अकाल नमस्कार अदाब ते शब्बा खैर